ਜਸ ਪੰਜਾਬੀ ਦੇਖ ਰਾਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਸਪੈਸ਼ਲ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਏ ਆਂ ਸਪੈਸ਼ਲ ਪ੍ਰੋਗਰਾਮ ਉਸ ਅਦਾਰੇ ਬਾਰੇ ਜਿਹੜਾ ਕਿ ਅਸ ਟਾਈਮ ਅਸੀਂ ਬੈਠੇ ਆਂ ਸਿੱਖ ਰਿਲੀਜੀਅਸ ਸੁਸਾਇਟੀ ਗੁਰਦੁਆਰਾ ਸਾਇਪੈਲਾਟਨ ਇਲਾਨੋਏ ਵਿਖੇ ਉਸ ਅਦਾਰੇ ਬਾਰੇ ਆਪਾਂ ਕਈ ਕਿ ਸੇਵਕ ਕੋ ਸੇਵਾ ਬਣਾਈ ਹੁਕਮ ਪਹੁੰਚਾਣੇ ਪਰਮ ਪਦ ਪਾਈ ਦੇ ਵਾਕ ਅਨੁਸਾਰ ਆਪਾਂ ਗੱਲ ਕਰ ਰਹੇ ਹਾਂ ਉਸ ادارے ਬਾਰੇ ਜਿਹੜਾ ਕਿ ਮਨੁੱਖਤਾ ਦੀ ਸੇਵਾ ਲਈ ਹਰ ਵੇਲੇ ਸਮਰਪਿਤ ਰਹਿੰਦਾ ਹੈ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਦਰਸ਼ਕੋ ਕਿ ਬੱਚਿਆਂ ਦੀ ਪੜ੍ਹਾਈ ਵਾਸਤੇ ਬੱਚਿਆਂ ਦੀ ਪੜ੍ਹਾਈ ਜਿਹੜੇ ਕਿ ਬੱਚੇ ਹੁਨਾਰ ਬੱਚੇ ਨੇ ਪਰ ਉਹਨਾਂ ਦੇ ਜਿਹੜੇ ਮਾਪੇ ਵਿੱਤੀ ਤੌਰ ਤੇ ਇੰਨੇ ਸਟਰੋਂਗ ਨਹੀਂ ਹੈ ਉਹ ਇੰਨੇ ਸਮਰੱਥ ਨਹੀਂ ਹੈ ਉਹਨਾਂ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਪੰਜਾਬ ਤੇ ਕੁਝ ਸਟੇਟਾਂ ਬਾਹਰ ਲਿਆਂਵੀਆਂ ਨੇ ਜਿੱਥੇ ਇਹ ਜਿਹੜਾ ਜਿਹੜਾ ادارے ਬਾਰੇ ਆਪਾਂ ਗੱਲ ਕਰ ਰਹੇ ਹਾਂ ਉੱਥੇ ਆਪਦੇ ਸਕੂਲ ਯੂਨੀਵਰਸਿਟੀਆਂ ਖੋਲ ਰਹੇ ਆਂ ਔਰ ਹੋਰ ਵੀ ਕਈ ਉਪਰਾਲੇ ਇਸ ادارے ਵੱਲੋਂ ਕੀਤੇ ਗਏ ਆਂ ਜੇ ਆਪਾਂ ਗੱਲ ਕਰੀਏ ਦਰਸ਼ਕੋ ਡੀ ਡੀ ਐਡਿਕਸ਼ਨ ਸੈਂਟਰ ਤੇ ਊਮਨ ਏਮਪਾਵਰਮੈਂਟ ਸੈਂਟਰ ਵੀ ਖੋਲੇ ਜਾ ਰਹੇ ਨੇ ਮੈਂ ਗੱਲ ਕਰ ਰਿਹਾ ਆਂ ਕਲਗੀਤਾ ਟਰਸਟ ਬੜੂ ਸਾਹਿਬ ਦੀ ਦਰਸ਼ਕੋ ਬਹੁਤ ਹੀ ਚੰਗੇ ਉਪਰਾਲੇ ਇਸ ادارے ਵੱਲੋਂ ਕੀਤੇ ਗਏ ਆਂ ਆਪਾਂ ਜੇ ਗੱਲ ਕਰੀਏ ਤਾਂ ਇਸ ਟੈਮ 130 ਸਕੂਲ ਤੇ ਤਿੰਨ ਯੂਨੀਵਰਸਿਟੀਆਂ ਚਲਾਈਆਂ ਜਾ ਰਹੀਆਂ ਨੇ ਇਨਵਿਕਲੀ ਗੱਲ ਇੱਥੋਂ ਇਹ ਹੋਈ ਕਿ ਹੁਣੀ ਹੁਣੀ ਆਪਣਾ ਕਿਸਾਨ ਅੰਦੋਲਨ ਜਿਹੜਾ ਸਮਾਪਤ ਹੋਇਆ ਤੇ ਜਿਹੜੇ ਕਿਸਾਨ ਸ਼ਹੀਦੀ ਪਾ ਗਏ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਵੀ 28 ਬੱਚੇ ਇਸ ਅਦਾਰੇ ਵੱਲੋਂ ਫ੍ਰੀ ਆਫ ਕਾਸਟ ਆਪਦੇ ਕੋਲ ਲੈ ਲਏ ਗਏ ਨੇ ਕਿ ساری ਉਮਰ ਜਿੰਨੀ ਉਹਨਾਂ ਦੀ ਪੜ੍ਹਾਈ ਹੈ ਫ੍ਰੀ ਕਰਵਾਈ ਜਾਏਗੀ ਹੁਣ ਦਰਸ਼ਕੋ ਇੱਥੇ ਗੱਲ ਆਪਣੀ ਆ ਜਾਂਦੀ ਹੈ ਕਿ ਆਪਾਂ ਇਸ ਅਦਾਰੇ 'ਚ ਕਿੰਨਾ ਕੁ ਯੋਗਦਾਨ ਪਾ ਸਕਦੇ ਹਾਂ ਅੱਜ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਜਿੱਦਾਂ ਮੈਂ ਗੱਲ ਕੀਤੀ ਹੈ ਕਿ ਅਸੀਂ ਸਿੱਖ ਰਿਲੀਜੀਅਸ ਸੁਸਾਇਟੀ ਗੁਰਦੁਆਰਾ ਸਾਹਿਬ ਪੈਲਾਟਾਈਨ ਇਲਾਨੋਏ ਵਿਖੇ ਬੈਠੇ ਆ ਤੇ ਮੇਰੇ ਨਾਲ ਪੈਨਲਿਸਟ ਬੈਠੇ ਜਿਹੜੇ ਕਿ ਆਪਣੇ ਆਪਣੇ ਵਿਚਾਰ ਰੱਖਣਗੇ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਸਾਰਤਪੱਲਾ ਆਪਾਂ ਸਵਾਗਤ ਕਰਦੇ ਆ ਕਹਿੰਦੇ ਹੁੰਦੇ ਆ ਨਾ ਕਿ ਹਰ ਸਟੇਟ ਦੇ ਵਿੱਚ ਹਰ ਸਿਟੀ ਦੇ ਵਿੱਚ ਹਰ ਗਰੁੱਪ ਦੇ ਵਿੱਚ ਕਿਹੋ ਜਿਹੇ ਬੰਦੇ ਹੁੰਦੇ ਜਿਹੜੇ ਕਿ ਆਪਦੇ ਕੰਮਾਂ ਕਰਕੇ ਆਪ ਦੀ ਸੇਵਾ ਕਰਕੇ ਇੱਕ ਵੱਖਰੀ ਪਛਾਣ ਬਣਾ ਲੈਣ ਤੇ ਹਰ ਬੱਚਾ ਬਜ਼ੁਰਗ ਹਰ ਮਾਂ ਭੈਣ ਵੀ ਉਹਨਾਂ ਦੀ ਗੱਲ ਸੁਣਦੀ ਹੈ ਆਪਾਂ ਮੇਰੀ ਕਹਿਣ ਤੋਂ ਪਾਵ ਹੈਗਾ ਕਿ ਇਥੋਂ ਦੇ ਜਿਹੜੇ ਸੇਵਾਦਾਰ ਨੇ ਇਸ ਗੁਰਦੁਆਰਾ ਸਾਹਿਬ ਦੇ ਤੇ ਖਾਸ ਕਰਕੇ ਉਹਨਾਂ ਦੀ ਜਿਹੜਾ ਸੇਵਾ ਦਾ ਯੋਗਦਾਨ ਬੜੂਸਾ ਵਾਸਤੇ ਆ ਉਹ ਉਹ ਹਨ ਸਰਦਾਰ ਗੁਰਚਰਨ ਸਿੰਘ ਚੱਜ ਬੜੇ ਲੰਮੇ ਟਾਈਮ ਤੋਂ ਆਪਣੀ ਸੇਵਾ ਨਿਭਾ ਰਹੇ ਨੇ ਇਸ ਆਦਾਰੇ ਵਾਸਤੇ ਖਾਸ ਕਰਕੇ ਜੇ ਪਹਿਲਾਂ ਨਾ ਸਟੇਟ ਦੀ ਗੱਲ ਕਰੀਏ ਖਾਸ ਕਰਕੇ ਆਪਾਂ ਸ਼ਿਕਾਗੋ ਇਸ ਸਰਬਉਪ ਦੀ ਗੱਲ ਕਰੀਏ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ ਦਸ਼ਕਾ ਉਹ ਤੇ ਉਹ ਸਾਡਾ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਕਿ ਅੱਜ ਸਾਡੇ ਨਾਲ ਬੈਠੇ ਆ ਪੈਨਲਿਸਟ ਨੰਬਰ 1 ਸਰਦਾਰ ਗੁਰਚੰਦ ਸਿੰਘ ਚਾਜ ਉਸ ਤੋਂ ਬਾਅਦ ਸਿੱਖ ਰਿਲੀਜੀਅਸ ਸੁਸਾਇਟੀ ਗੁਰਦੁਆਰਾ ਸਾਹਿਬ ਪਹਿਲਾ ਟਾਈਮ ਦੇ ਪ੍ਰੈਜ਼ੀਡੈਂਟ ਸਰਦਾਰ ਅਮਰਦੇਵ ਸਿੰਘ ਜੀ ਬੰਦੇਸ਼ਾ ਸਾਡਾ ਬਣੇ ਹੋਏ ਨੇ ਇਸ ਟਾਈਮ ਨੰਬਰ 2 ਪੈਨਲਿਸਟ ਇਸ ਟਾਈਮ ਮੈਂ ਤੁਹਾਨੂੰ ਗੱਲ ਦੱਸਾਂ ਕਿ ਇਸ ਗੁਰੂ ਘਰ ਦਾ ਅਸੀਂ ਖਾਸ ਕਰਕੇ ਇਸ ਅਦਾਰੇ ਨੂੰ ਇਨੀਂ ਸੇਵਾ ਪ੍ਰਾਪਤ ਹੈ ਕਿ ਬੰਦੇਸ਼ਾ ਸਾਹਿਬ ਜੀ ਦੀ ਗੱਲ ਕਰੀਏ ਤੇ ਸੰਗਤ ਨੂੰ ਇਕੱਠਾ ਕਰਨਾ ਔਰ ਫਿਰ ਅਕ ਸੰਗਤ ਤੋਂ ਸੇਵਾ ਲੈ ਕੇ ਉਸ ਅਦਾਰੇ ਤੱਕ ਪਹੁੰਚਾਉਣੀ ਤੇ ਉਸ ਤੋਂ ਬਾਅਦ ਵੀ ਯੋਗਦਾਨ ਆਪ ਦਾ ਕਿਸੇ ਨਾ ਕਿਸੇ ਤਰ੍ਹਾਂ ਪਾਉਂਦੇ ਰਹਿਣਾ ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਇੱਥੋਂ ਦੇ ਹੀ ਸੇਵਾਦਾਰ ਡਾਕਟਰ ਹਰਗੁਰਮਖਪਾਲ ਸਿੰਘ ਜੀ ਵੀ ਸਾਡੇ ਨਾਲ ਜੁੜੇ ਹੋਏ ਹਨ ਜਿਹੜੇ ਕਿ ਉੱਚੇ ਚੇਤੌਰ ਤੇ ਆਦੀ ਸੇਵਾ ਇਸ ਅਦਾਰੇ ਨੂੰ ਪਹੁੰਚਾਰੇ ਨੇ ਸਾਰੇ ਪੈਨਲਿਸਟ ਦਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਸਸ਼ੀਕਾਲ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਰਤ ਪਹਿਲਾਂ ਸਰ ਮੈਂ ਤੁਹਾਡੇ ਤੋਂ ਸ਼ੁਰੂ ਕਰੂੰਗਾ ਚੱਜ ਸਮ ਹੁਣ ਤੱਕ ਤੁਸੀਂ ਬੜੀ ਸੇਵਾ ਨਿਭਾਈ ਬੜੀ ਤਨਮਨ ਧਨ ਆਪਦੀ ਸੇਵਾ ਨਿਭਾਈ ਤੁਸੀਂ ਕਰ ਵੀ ਰਹੇ ਹੋ ਜਿੰਨਾ ਹੋ ਸਕੇ ਤੁਸੀਂ ਇਲਾਨੋਇਸ ਸਟੇਟ ਤੋਂ ਬਾਅਦ ਬਾਹਰ ਜਾ ਕੇ ਵੀ ਸੰਗਤਾਂ ਨੂੰ ਸੰਬੋਧਨ ਕਰ ਰਹੇ ਕਿ ਇਸ ادارے ਵੱਲੋਂ ਵਧਿਆ ਜਾਵੇ ਤੇ ਮਨੁੱਖਤਾ ਦੀ ਸੇਵਾ ਕੀਤੀ ਜਾਵੇ ਚੰਦ ਸਾਹਿਬ ਮੈਨੂੰ ਇੱਕ ਗੱਲ ਦੱਸੋ ਕਿ ਸੋ ਫਾਰ ਇਸ ادارے ਵੱਲੋਂ ਕਿਹੜੇ ਮੀਲ ਪੱਥਰ ਜਿਹੜੇ ਆ ਤੈਅ ਕਰ ਲਏ ਗਏ ਨੇ ਤੇ ਕਿਹੜੇ ਹਲੇ ਬਾਕੀ ਨੇ ਕੀ ਵਿਚਾਰ ਹੈ ਤੁਹਾਡੇ ਇਸ ਬਾਰੇ ਮੈਂ ਅਬਾਊਟ 35 ইয়ারਸ ਤੱਕ ਤੱਕ ਇਸ ادارے ਨਾਲ ਜੁੜਿਆ ਹੋਇਆ ਹਾਂ ਜਦ ਉਸ ਤੋਂ ਬਾਅਦ ਇਹਨਾਂ ਨੇ ਅਕੈਡਮੀਆ ਸ਼ੁਰੂ ਕੀਤੀਆਂ ਸੀ ਗਿਆ ਜੀ ਅੱਜ ਕੱਲ 129 ਕਾਲਜ ਬਣ ਚੁੱਕੀਆਂ ਤੇ ਦੋ ਯੂਨੀਵਰਸਿਟੀਆਂ ਔਰ ਮੈਨੂੰ ਓਨੈਸਟਲੀ ਬਹੁਤ ਖੁਸ਼ੀ ਹੁੰਦੀ ਹੈ ਜੋ ਮੈਂ ਮਤਲਬ ਫਾਈਨੈਂਸ਼ਲੀ ਜਾਂ ਹੋਰ ਤਰ੍ਹਾਂ ਕਰ ਸਕਾਂ ਮੈਨੂੰ ਸਾਡੇ ਮੇਰੇ ਪੂਰੀ ਫੈਮਿਲੀ ਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਕਰ ਜ਼ਰੂਰ ਕੀਤਾ ਜਾਵੇ ਜੀ 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 ਆਪ ਚੱਦ ਸਾਹਿਬ ਮੇਰਾ ਤੁਹਾਨੂੰ ਤੇ ਕੁਐਸਚਨ ਇਹ ਹੈ ਕਿ ਤੁਸੀਂ ਇੰਨੇ ਸਾਲਾਂ ਤੋਂ ਜੁੜੇ ਹੋ ਹੋ ਸੰਤ ਇਕਬਾਲ ਸਿੰਘ ਜੀ ਦੀ ਅਗਵਾਈ ਹੇਠ ਇਹ ਅਦਾਰਾ ਚੱਲ ਰਿਹਾ ਆ ਸੋ ਫਾਰ ਤੁਸੀਂ ਆਪਦੇ ਅੱਖਾਂ ਨਾਲ ਦੇਖਿਆ ਹੋਣਾ ਕਿ ਜਿਹੜੇ ਬੱਚੇ ਇੱਥੋਂ ਗ੍ਰੈਜੂਏਟ ਹੋ ਕੇ ਗਏ ਆ ਆ ਹੋ ਸਕਦਾ ਉਹ ਚੰਗੀਆਂ ਪੋਸਟਾਂ ਤੇ ਵੀ ਗਏ ਹੋਣ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਆਏ ਹੋਣ ਕਿ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਉਹਨਾਂ ਤੋਂ ਸਿੱਖਿਆ ਲੈ ਕੇ ਜਿਹੜੇ ਪਿੱਛੇ ਆਉਣ ਵਾਲੀ ਪੀੜ੍ਹੀ ਆ ਉਹਨਾਂ ਤਾਈਂ ਇਹ ਸਮਾਚਾਰ ਪਹੁੰਚਾਇਆ ਜਾ ਰਿਹਾ ਹੈ ਇਸ ادارے ਵੱਲੋਂ ਚੰਗੀ ਤਰ੍ਹਾਂ ਜੋ ਇੱਥੇ ਐਜੂਕੇਸ਼ਨ ਦਿੱਤੀ ਜਾਂਦੀ ਹੈ ਉਹ ਵੈਲਿਊ ਵੇਸਟ ਐਜੂਕੇਸ਼ਨ ਹੈ ਇੰਗਲਿਸ਼ ਵੀ ਇੰਗਲਿਸ਼ మీడియం ਸਕੂਲ ਨੇ ਹੈ ਨਾਲ ਗੁਰਵਾਣੀ ਦਾ ਵੀ ਪੂਰਾ ਖਿਆਲ ਰੱਖਿਆ ਜਾਂਦਾ ਹੈ ਜੀ ਤੇ ਹੁਣ ਤੱਕ ਜੋ ਅਕੈਡਮੀਆ ਬਣੀਆਂ ਨੇ ਸਿਰ ਮੇਰੇ ਖਿਆਲ 42 ਅਕੈਡਮੀਆ ਹਾਲ ਤੱਕ ਪਲੱਸ 12 ਤੱਕ ਗਈਆਂ ਨੇ ਉਹਨਾਂ ਚੋਂ ਕੁਝ ਬੱਚੇ ਜੋ ਗ੍ਰੈਜੂਏਟ ਹੋਏ ਨੇ ਕਾਲਫਰਨੀਆ ਕਾਲਜ ਚ ਐਜੂਕੇਸ਼ਨ ਪੂਰੀ ਕੀਤੀ ਹੈ ਹਾਂ ਹਾਂ ਕਾਫੀ achhi options ਨੇ ਤੇ ਇੰਡੀਆ ਚ ਵੀ ਗਏ ਨੇ ਤੇ ਇਥੇ ਬਾਹਰ ਯੂਐਸਏ ਚ ਵੀ ਆਏ ਨੇ ਜੀ ਜੀ ਜਿਵੇਂ ਤੁਸੀਂ ਬਹੁਤ ਚੰਗਾ ਐਲੈਬ੍ਰੇਟ ਕੀਤਾ ਮੈਂ ਇੱਕ ਗੱਲ ਹੋਰ ਦਰਸ਼ਕਾਂ ਨਾਲ ਕਲੀਅਰ ਕਰਦਾ ਕਰੀਬ 70000 ਬੱਚਾ ਇਸ ਟਾਈਮ ਵਿਦਿਆ ਜਿਹੜੀ ਗ੍ਰੈਂਡ ਕਰ ਰਿਹਾ ਹੈ ਸਦਾਰੇ ਦੇ ਵਿੱਚ ਤੇ ਰਿਲੀਜੀਅਸ ਪੁਆਇੰਟ ਆਫ View ਨਾਲ ਕਈ ਤਾਂ ਸਾਰੇ ਹੀ ਬਹੁਤ ਹੀ ਚੰਗੀ ਤਰ੍ਹਾਂ ਰਿਲੀਜੀਅਸ ਸਟੱਡੀਸ ਹਾਲ ਵੀ ਬਾਤ ਰਹੇ ਨੇ ਆਪਾਂ ਊਮਨ ਇੰਪਾਵਰਮੈਂਟ ਦੀ ਗੱਲ ਵੀ ਕਰਾਂਗੇ ਉਹਨਾਂ ਵਾਲੇ ਪੈਨਲਿਸਟ ਦੇ ਨਾਲ ਤੇ ਖਾਸ ਕਰਕੇ ਡੀ ਐਡਿਕਸ਼ਨ ਸੈਂਟਰ ਦੀ ਗੱਲਾਂ ਵੀ ਕਰਾਂਗੇ ਚਾਚਾ ਸਾਹਿਬ ਮੇਰਾ ਆਖੀਰਲਾ ਸਵਾਲ ਆ ਤੁਹਾਡੇ ਤੋਂ ਉਸ ਤੋਂ ਬਾਅਦ ਮੈਂ ਹੋਰ ਵਿਚਾਰ ਵੀ ਲਵਾਂਗੇ ਪੈਨਲਿਸਟ ਤੋਂ ਸਰ ਤੋਂ ਵੱਡੀ ਜਿਹੜੀ ਗੱਲ ਹੁੰਦੀ ਆ ਚਾਚਾ ਸਾਹਿਬ ਕੀ ਕੋਈ ਵੀ ਅਦਾਰਾ ਜਦੋਂ ਕੋਈ ਕੰਮ ਸ਼ੁਰੂ ਕਰਦਾ ਉਹਦੇ ਜਿਹੜੇ ਸੇਵਾਦਾਰ ਹੁੰਦੇ ਚਾਹੇ ਉਹ ਦੇਸ਼ ਦੇ ਵਿੱਚ ਹੋਣ ਚਾਹੇ ਵਿਦੇਸ਼ ਦੇ ਵਿੱਚ ਹੋਣ ਸਰ ਤੋਂ ਵੱਡੀ ਗੱਲ ਜਿਹੜੀ ਉਹਨਾਂ ਤੇ ਇਹ ਉੱਠਦੀ ਹੈ ਕਿ ਆ ਅਸੀਂ ਇੰਨਾ ਫੰਡ ਗਿਆ ਸੀਗਾ ਤਾਂ ਇੰਨਾ ਇਹਨਾਂ ਨੇ ਖਰਚਾ ਇੰਨੇ ਦਾ ਪਤਾ ਨਹੀਂ ਲੱਗਦਾ ਸੋ ਫਾਰ ਇਹ ਸਦਾਰੇ ਵਾਲ ਕੋਈ ਉਂਗਲ ਨਹੀਂ ਚੱਕ ਸਕਦਾ ਤੁਹਾਡਾ ਕੀ ਵਿਚਾਰ ਆ ਦੇਖੋ ਮੈਂ ਮੇਰੀ ਫੈਮਿਲੀ ਨੇ ਪਹਿਲਾਂ ਵੀ ਕੁਝ ਦੂਜੇ ادارے ਨੂੰ ਫੰਡਿੰਗ ਦਿੱਤੀ ਹੈ ਪਰ ਕਾਫੀ ਵਾਰ ਪਤਾ ਲੱਗਿਆ ਉਹ ਫੰਡਿੰਗ ਘਾਹ ਮਿਲਦੀ ਨਹੀਂ ਕਿਸੇ ਨੂੰ ਪਰ ਇਸ ادارے ਦਾ ਜੋ ਸੇਵਾਦਾਰ ਨੇ ਉਹ ਬਹੁਤ ਕਮਿਟਿਡ ਨੇ ਉਹ ਪਾਈ ਪਾਈ ਜਿਹੜੀ ਹੈ ਉਹ ਉਹਦਾ ਹਿਸਾਬ ਦਿੰਦੇ ਨੇ ਕੋਈ ਜਾ ਕੇ ਪੁੱਛ ਸਕਦਾ ਹੈ ਜੀ इवन ਜੋ ਵੀ ਇੱਥੋਂ ਅਮਰੀਕਾ ਜੋ ਅਸੀਂ ਮਾਰੋਂ ਪੈਸੇ ਭੇਜਦੇ ਆ ਉਹ ਸੈਂਟਰਲ ਪੰਜਾਬ ਜੋ ਇੰਡੀਅਨ ਗਵਰਨਮੈਂਟ ਟੋਟਲੀ ਆਡਿਟ ਕਰਦੀ ਹੈ ਜੀ ਹਾਲੇ ਤੱਕ ਕਦੇ ਗਵਰਨਮੈਂਟ ਨੂੰ ਸ਼ਿਕਾਇਤ ਨਹੀਂ ਮਿਲੀ ਹੈ ਜੋ ਪੈਸਾ ਅਸੀਂ ਇੱਥੋਂ ਭੇਜਦੇ ਆ ਉਹ ਜ਼ਿਆਦਾ ਅਕੈਡਮੀਆ ਦੀ ਕੰਸਟਰਕਸ਼ਨ ਲਈ ਯੂਜ਼ ਹੁੰਦਾ ਹੈ ਜੀ ਅ ਕਿਦਾਂ ਦਾ ਫੀਲ ਹੋ ਰਿਹਾ ਕਿ ਜਿਹੜੀ ਟੀਮ ਆ ਰਹੀ ਹੈ ਟੀਮ ਆਈ ਹੋਈ ਹੈ ਇਸ ਟਾਈਮ ਆ ਅਦਾਰਾ ਕਲਗੀਧਰ ٹرسٹ ਦੀ ਜਿਹੜੀ ਬਡੂ ਸਾਹ ਵਾਲਿਆਂ ਦੀ ਹੈ ਇਸ ਟਾਈਮ ਤੁਹਾਡੇ ਇਸ ਗੁਰੂ ਘਰ ਦੇ ਵਿੱਚ ਤੇ ਤੁਸੀਂ ਬਹੁਤ ਸੋਹਣੀ ਸੇਵਾ ਨਿਭਾ ਰਹੇ ਹੋ ਸੰਗਤ ਦਾ ਕਿਦਾਂ ਦਾ ਜਿਹੜਾ ਹੈਗਾ ਰਿਸਪਾਂਸ ਆ ਰਿਹਾ ਇਸ ਟਾਈਮ ਨਿਕੋ ਮੈਂ ਕਾਫੀ ਸਾਲਾਂ ਤੋਂ ਇਨਵੋਲ ਹੈਗਾ ਫਰੰਡਰੇਜ਼ਿੰਗ ਚ ਮੈਂ ਦੇਖਦਾ ਰਿਹਾ ਨਾ ਬਾਕੀ ਹੋਰ ਸ਼ਹਿਰਾਂ ਦੇ ਬਰਾਬਰ ਹਾਲੇ ਤੱਕ ਹਾਨੇ ਤੱਕ ਸ਼ਿਕਾਗੋ ਦੀ ਸੰਗਤ ਨੰਬਰ 1 ਰਹੀ ਹੈ ਜੀ ਫੰਡਰੇਜ਼ਿੰਗ ਵਿੱਚ ਜੀ ਅਚਾ ਸਾਬ ਬਹੁਤ ਬਹੁਤ ਧੰਨਵਾਦ ਮੈਂ ਇੱਕ ਧੰਨਵਾਦ ਉੱਚੇ ਚੇਤੇ ਤਰ ਤੇ ਤੁਹਾਨੂੰ ਇਹ ਕਹੂੰਗਾ ਕਿ ਤੁਸੀਂ ਕਰੀਬ-ਕਰੀਬ 17 ਨਿਵਾ ਰਹੇ ਹੋ ਜਾਂ ਵੱਧ ਕੇ ਜਿੰਨੀ ਭੈਣ ਸਾਡੀ ਜਿਹੜੀ ਯੂਐਸਏ ਦੀ ਇੰਚਾਰਜਾ ਰਵਿਦੀਪ ਕੋਰ ਮੁਖਤਾਤਿ ਭਾਈ ਸਾਹਿਬ ਜਸਪਾਲ ਸਿੰਘ ਜਿਹੜੇ ਸਿੱਧੂ ਐਸਾਕਰਮੈਂਟੋ ਤੋਂ ਬੜੇ ਵੱਧ ਚੜ ਕੇ ਔਰ ਅਰਦਾਸ ਕਰਦੇ ਆ ਉਸ ਵਾਹਿਗੁਰੂ ਮੂਰੇ ਤੁਹਾਨੂੰ ਚੰਗੀ ਸਿਹਤ ਤੁਹਾਡੇ ਪਰਿਵਾਰ ਨੂੰ ਚੰਗੀ ਸਿਹਤ ਬਖਸ਼ਣ ਤੇ ਤੁਸੀਂ ਇੰਨੀ ਸੇਵਾ ਕਰਦੇ ਰਹੋ ਆ ਆਪਾਂ ਹੁਣ ਨੈਕਸਟ ਪੈਨਲਿਸਟ ਵੱਲ ਵੱਧਦੇ ਆ ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਸਿੱਖ ਰਿਲੀਜੀਅਸ ਸੁਸਾਇਟੀ ਦੇ ਪ੍ਰੈਜ਼ੀਡੈਂਟ ਸਰਦਾਰ ਅਮਰਦੇਵ ਸਿੰਘ ਜੀ ਬੰਦੇਸ਼ਾ ਜਿਹੜੇ ਕਿ ਅਸੀਂ ਸਾਡੀ ਜਸ ਪੰਜਾਬੀ ਦੀ ਟੀਮ ਸਵੇਰ ਤੋਂ ਇੱਥੇ ਆਈ ਹੋਈ ਆ ਅਸੀਂ ਨੋਟ ਕਰ ਰਹੇ ਹਾਂ ਕਿ ਬੰਦੇਸ਼ਾ ਸਾਹਿਬ ਨਾਟ ਓਨਲੀ ਕਿ ਆਪ ਦੇ ਵੱਲੋਂ ਪੂਰੀ ਕਮੇਟੀ ਨੂੰ ਵੀ ਜੋਰ ਲਾ ਰਿਹਾ ਕਿਸੇ ਨਾ ਕਿਸੇ ਤਰ੍ਹਾਂ ਜੋ ਵੀ ਹੋ ਸਕਦਾ ਹੈ ਕਲਗੀਤਾ ٹرسٹ ਬੜੂਸਾ ਵਾਲੇ ਕੀਤਾ ਜਾ ਸਕੇ ਉਹ ਕਰ ਰਹੇ ਨੇ ਸਵਾਗਤ ਜੀ ਤੁਹਾਡਾ ਬਹੁਤ ਬਹੁਤ ਬੰਦੇਸ਼ਾ ਸਾਹਿਬ ਕਿਦਾਂ ਦਾ ਫੀਲ ਹੋ ਰਿਹਾ ਕਿਦਾਂ ਦਾ ਤੁਹਾਡਾ ਗੁਰਾਲ ਜੀ ਕਿ ਤੁਸੀਂ ਸਾਡੇ ਤੁਹਾਡੀ ਟੀਮ ਸਾਡੇ ਗੁਰੂ ਘਰ ਚ ਪਹੁੰਚੀ ਹੈ ਤੇ ਬਹੁਤ ਲੋਕਾਂ ਦਾ ਬਾਰਿਕ ਤੁਸੀਂ ਨੂੰ ਕਵਰਲੀ ਕਰ ਰਹੇ ਹੋ ਜੀ ਪਰ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਤੁਹਾਡੇ ਕੁਸ਼ਨ ਬਾਰੇ ਦੱਸਾਂ ਮੈਂ ਚਾਹਾਂਗਾ ਕਿ ਤੁਹਾਨੂੰ ਸਾਡੇ ਗੁਰੂ ਘਰ ਦੀ ਥੋੜੀ ਹਿਸਟਰੀ ਦੱਸਾਂ ਜੀ ਕਿਉਂਕਿ ਸਾਡਾ ਗੁਰੂ ਘਰ ਜਿਹੜਾ ਇਹ ਮਿਡ ਵੈਸਟ ਵਿੱਚ ਸਭ ਤੋਂ ਪਹਿਲਾ ਗੁਰੂ ਘਰ ਜੀ 60ਵੇਂ ਵਿੱਚ 1960ਵੇਂ ਵਿੱਚ ਜਦੋਂ ਇੱਥੇ ਪ੍ਰੋਫੈਸ਼ਨਲ ਪੰਜਾਬ ਤੋਂ ਆਉਣ ਲੱਗੇ ਆਪਣੇ ਇਮੀਗ੍ਰੈਂਟ ਏਰੀਆ ਉਹਨਾਂ ਨੇ ਪਹਿਲਾਂ ਘਰਾਂ ਵਿੱਚ ਫਿਰ ਉਸ ਤੋਂ ਬਾਅਦ ਲਾਂਬੜ ਵਿੱਚ ਉੱਥੇ ਇੱਕ ਜਣੇ ਕਿ ਥੋੜੀ ਜਗ੍ਹਾ ਲੈ ਕੇ ਇਹ ਗੁਰੂ ਘਰ ਨੇ ਜਣੇ ਕਿ ਇਕੱਠੇ ਹੋਣਾ ਸ਼ੁਰੂ ਕੀਤਾ ਜੀ ਪਰ 72 ਵਿੱਚ ਸੋਸਾਇਟੀ ਜਿਹੜਾ ਨਾਂ ਹੁਣ ਸਿੱਖ ਜਲਜੀ ਸੋਸਾਇਟੀ ਆ ਹੂੰ ਹੂੰ ਇਹ ਐਨੈਕਟ ਹੋ ਕੇ ਇਹ ਜ਼ਮੀਨ ਲੈ ਕੇ ਜੀ ਜਗ੍ਹਾ ਉੱਤੇ ਬੈਠੇ ਆ ਇਹ 75 ਵਿੱਚ ਫੇਰ ਵਰਕਿੰਗ ਵੇਜ ਜਣੇ ਕੋਦੇ ਦੀ ਬਿਲਡਿੰਗ ਸ਼ੁਰੂ ਹੋ ਗਈ ਸੀ ਜੀ ਸਾਰਾ ਕੰਮ ਜੋ ਵੀ ਇਸੇ ਸੰਗਤ ਉਹ ਸਾਰੀ ਰਲ ਕੇ ਜੋ ਸ਼ਬਦਾਂ ਬਣਿਆ ਉਹਦੇ ਹਿਸਾਬ ਨਾਲ ਸਾਰੀ ਸੰਗਤ ਤਾਂ ਕੰਮ ਚੱਲ ਰਹੀ ਆ ਜੀ ਸਭ ਤੋਂ ਪੁਰਾਣੇ ਉਹ ਚੱਲ ਸਾਹਿਬ ਸਾਡੇ ਜਾਨੀ ਕਿ ਮੁਰਲੇ ਮੈਂਬਰਾਂ ਵਿੱਚੋਂ ਉਹ ਵੀ ਪੈਨਲਿਸਟ ਤੁਹਾਡੇ ਕੋਲ ਹੋਣਗੇ ਡਾਕਟਰ ਗੁਰਮukhਪਾਲ ਸਿੰਘ ਹੋਣੇ ਵੀ ਜਿਹੜੇ ਨਾਲ ਵਿੱਚ ਬੈਠੇ ਆ ਇਹ ਵੀ ਸਾਡੇ ਗੁਰਦੁਆਰਾ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਕਮੇਟੀ ਵਿੱਚ ਜਾਂ ਸਲਾਹਕਾਰ ਦੇ ਤੌਰ ਤੇ ਉਹ ਡਾਕਟਰ ਪ੍ਰੋਫੈਸ਼ਨਲ ਹੋਣ ਦੇ ਨਾਤੇ ਸਾਡੇ ਗੁਰੂ ਘਰ ਵਿੱਚ ਕਾਫੀ ਸੇਵਾ ਕਰਦੇ ਆ ਸਾਡੇ ਚੰਗੇ ਭਾਗ ਹਨ ਕਿ ਏ ਬੜੂ ਸਾਹਿਬ ਦੇ ਨਾਮ ਅੰਦਰ ਸਾਡੇ ਕੋ ਪਹੁੰਚੇ ਆ ਹੂੰ ਹੂੰ ਕਿਉਂਕਿ ਸਾਡੇ ਆਪਣੇ ਕੁਤਵਰ ਸਾਹਿਬ ਵਿਚ ਪੰਜਾਬੀ ਸਕੂਲ ਹੈਗਾ ਜੀ ਅਸੀਂ ਜਿੱਥੇ ਬੱਚਿਆਂ ਨੂੰ ਯਾਨੀ ਕਿ ਪੰਜਾਬੀ ਆਪਣੀ ਮਾਂ ਬੋਲੀ ਤੇ ਧਰਮ ਬਾਰੇ ਗਿਆਨ ਦਿੰਨੇ ਆ ਹਾਂ ਉਹ ਇਸੇ ਵਿਸ਼ੇ ਨੂੰ ਮੁੱਖ ਦੇ ਤ ਹੋਏ ਅਸੀਂ ਇਸ ਇੰਸਟੀਚਿਊਟ ਜਿਹੜੀ ਆ ਕਿਉਂਕਿ ਇਹ ਉਹ ਕੰਮ ਕਰ ਰਿਹਾ ਜਿਹੜਾ ਕਿ ਸਿੱਖ ਧਰਮ ਨੂੰ ਇੱਕ ਨਰੂਲ ਸਿੱਖ ਪੈਦਾ ਕਰ ਰਿਹਾ ਜੀ ਨਵੀਂ ਪੀੜੀ ਆ ਤਾਂ ਕਿ ਔਣਾ ਸੌ ਵਿੱਚ ਸਾਡਾ ਜੋ ਵਿਰਸਾ ਉਹ ਸੰਭੇਜ ਸਕਈ ਜੀ 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 ਹੋਰ ਚੰਗੀ ਗੱਲ ਹੈ ਕਿ ਜਦੋਂ ਤੁਸੀਂ ਦੱਸਿਆ ਕਿ ਇਹਨਾਂ ਨੇ ਕਿਸਾਨ ਜਿਹੜੇ ਸ਼ਹੀਦ ਹੋ ਗਏ ਆ ਉਹਨਾਂ ਦੇ ਬੱਚਿਆਂ ਨੂੰ ਤੇ ਹੋਰ ਵੀ ਜਿਹੜੇ ਲੋੜਵੰਦ ਬੱਚੇ ਆ ਉਹਨਾਂ ਨੂੰ ਕਾਫੀ ਮਦਦ ਦੇ ਰਹੇ ਤਾਂ ਕਿ ਉਹ ਆਪਣੀ ਪੜ੍ਹਾਈ ਪੂਰੀ ਕਰ ਸਕਣ ਜੀ 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 ਇਹ ਬਹੁਤ ਚਿੰਗਾ ਪਰਾਲਾ ਬੰਦੇਸ਼ਾ ਸਾਹਿਬ ਤੁਸੀਂ ਐਲੈਬ੍ਰੇਟ ਬਹੁਤ ਸੋਹਣਾ ਕੀਤਾ ਤੁਹਾਡੇ ਗੁਰੂ ਘਰ ਬਾਰੇ ਕਦੋਂ ਸ਼ੁਰੂ ਹੋਇਆ ਮੁੱਖ ਸੇਵਾਦਾਰ ਮੈਂ ਮਿਲਿਆ ਕਈ ਲੋਕਾਂ ਨੂੰ ਖਾਸ ਕਰਕੇ ਮੇਰੇ ਜਾਣਕਾਰ ਵੀ ਨੇ ਤੇ ਬਹੁਤ ਚੰਗਾ ਲੱਗਿਆ ਕਿ ਅੱਜ ਤੁਸੀਂ ਬਹੁਤ ਹੀ ਸੋਹਣਾ ਗੁਰੂ ਘਰ ਆਇਆ ਸੇਵਾ ਸੋਹਣੀ ਹੋ ਰਹੀ ਹੈ ਔਰ ਸੰਗਤਾਂ ਆ ਰਹੀਆਂ ਨੇ ਬੰਦੇ ਆਪਣੇ ਬੰਦੇ ਸ਼ਾਹ ਸਾਹਿਬ ਮੇਰਾ ਕੁਐਸਚਨ ਹੋਰ ਵੀ ਆ ਪਰ ਆਪਾਂ ਰੁਕਣਾ ਪੈ ਰਿਹਾ ਇੱਕ ਕੁਇਕ ਬ੍ਰੇਕ ਲਈ ਆਪਾਂ ਇਦਾਂ ਹੀ ਜੁੜਨੇ ਆ ਦਰਸ਼ਕੋ ਸਾਡੇ ਬਣੇ ਹੋਏ ਨੇ ਪੈਨਲਿਸਟ 6 ਸੋਸਾਇਟੀ ਰਿਲੀਜੀਅਸ ਜੀਡੀਸੀ ਰਿਲੀਜੀਅਸ ਸੋਸਾਇਟੀ ਗੁਰਦੁਆਰਾ ਪਲਾਟਨ ਐਲਨੋਏ ਅਸੀਂ ਕਲਗੀਤਾ ٹرسٹ ਬਡੂ ਸਾਹਾ ਵਾਲੀ ਟੀਮ ਦੇ ਨਾਲ ਜਸਪੰjabi ਇੱਥੇ ਪਹੁੰਚਾ ਹੈ ਤੇ ਬਹੁਤ ਹੀ ਸੋਹਣਾ ਸਪੈਸ਼ਲ ਪ੍ਰੋਗਰਾਮ ਇਸ ਅਦਾਰੇ ਲਈ ਕਰ ਰਹੇ ਆ ਗੁਰੂ ਘਰ ਦੇ ਵਿੱਚ ਬੈਠੇ ਆਪਾਂ ਰੁਕਣਾ ਪਿਆ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ ਐਦਾਂ ਹੀ ਬਣੇ ਰਹੋ ਜਸਪੰjabi ਦੇ ਸਵਾਗਤ ਜੀ ਸਾਰੀ ਸੰਗਤ ਦਾ ਸਾਡੇ ਸਾਰੇ ਦਰਸ਼ਕਾਂ ਦਾ ਜਸ ਪੰਜਾਬੀ ਤੇ ਬ੍ਰੇਕ ਤੋਂ ਬਾਅਦ ਸਵਾਗਤ ਹੈ ਸਾਡਾ ਪੈਨਲ ਜੁੜਿਆ ਹੋਇਆ ਹੈ ਇੱਥੇ ਗੁਰੂਕਾਰ ਸਿੱਖ ਰਿਲੀਜੀਅਸ ਸੁਸਾਇਟੀ ਗੁਰਦੁਆਰਾ ਸਾਹਿਬ ਪੈਲੇਟਾਈਨ ਇਲਨੋਇ ਦਾ ਵਿੱਚ ਆਪਾਂ ਗੱਲ ਕਰ ਰਹੇ ਸੀ ਕਲਗੀ ਤਰ ਟ੍ਰਸਟ ਬੜੂ ਸਾਹ ਬਾਰੇ ਇੱਥੋਂ ਗੁਰੂਕਾਰ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸਰਦਾਰ ਅਮਰਦੇਵ ਸਿੰਘ ਜੀ ਬੰਦੇਸ਼ਾ ਬੰਦੇਸ਼ਾ ਸਾਹਿਬ ਤੁਸੀਂ ਐਲੈਬ੍ਰੇਟ ਬਹੁਤ ਸੋਣਾ ਕੀਤਾ ਆਪਦੇ ਗੁਰੂ ਘਰ ਬਾਰੇ ਪਰ ਮੈਨੂੰ ਇਹ ਦੱਸੋ ਕਿ ਇਹ ਗੁਰੂ ਘਰ ਦੀ ਸੰਗਤ ਜਾਂ ਤੁਸੀਂ ਬੜੂ ਸਾਹਿਬ ਦਾ ਜਿਹੜਾ ਆਧਾਰਾ ਹੈ ਕਲਗੀਧਰ ਟਰੱਸਟ ਉਦੋਂ ਇਸ ਜਿਹੜੀ ਸੰਗਤ ਹੈ ਉਹਨਾਂ ਨਾਲ ਕਦੋਂ ਤੋਂ ਜੁੜੀ ਹੋਈ ਹੈ ਤੇ ਕਿੰਨੀ ਕਿ ਸੇਵਾ ਕਰ ਚੁੱਕੇ ਹੋ ਤੇ ਅੱਗੇ ਦੇ ਤੁਹਾਡੇ ਕੀ ਪ੍ਰੋਜੈਕਟਸ ਨੇ ਉਸ ਆਧਾਰੇ ਬਾਰੇ ਦੇਖੋ ਜੀ ਪਿਛਲੇ 10 ਸਾਲਾਂ ਤੋਂ ਸਾਡੇ ਕੋਲ ਬੜੂ ਸਾਹਿਬ ਤੋਂ ਆਉਂਦੇ ਰਹੇ ਨੇ ਕਿਉਂਕਿ ਸਾਡੇ ਚਾਹ ਸਾਹਿਬ ਸਾਡੇ ਗੁਰੂ ਤੇ ਸੰਗਤ ਦੇ ਬਹੁਤ ਪੁਰਾਣੇ ਮੈਂਬਰ ਜੀ ਇਹਨਾਂ ਦੀ ਹਿੰਮਤ ਨਾਲ ਅਸੀਂ ਗੁਰਦੁਆਰੇ ਤੋਂ ਬਾਹਰ ਵੀ ਪ੍ਰੋਗਰਾਮ ਕਈ ਵਾਰੀ ਕੀਤੇ ਆ ਹਾਂ ਤੇ ਨਾਲ ਮੈਨੂੰ ਬੜੀ ਖੁਸ਼ੀ ਆ ਕਿ ਉਹ ਸਕੂਲ ਦੇ ਪੜ੍ਹੇ ਹੋਏ ਬੱਚੇ ਵੀ ਜੀ ਸਾਡੇ ਗੁਰਦੁਆਰਾ ਸਾਹਿਬ ਵਿੱਚ ਆਉਂਦੇ ਆ ਹਾਂ ਔਰ ਈਵਨ ਇੱਕ ਬੱਚੀ ਜਿਹਦਾ ਨਾਮ ਨਾਨਕੀ ਕੌਰ ਹੈ ਉਹ ਤੇ ਪੜ੍ਹੀ ਹੋਏ ਇਸ ਸਮੇਂ ਸਾਡੇ ਪ੍ਰੈਜ਼ੀਡੈਂਟ ਬੋਰਡ ਵਿੱਚ ਬੋਰਡ ਦੇ ਮੈਂਬਰ ਵੀ ਹੈ ਹਾਂ ਉਹ ਬੱਚਿਆਂ ਨਾਲ ਜਾਨੀ ਕਿ ਕਿਉਂਕਿ ਬੱਚੇ ਜੋ ਬੱਚੇ ਇੱਕ ਦੂਜੇ ਮਿਲਦੇ ਐ ਇੱਕ ਦੂਜੇ ਨਾਲ ਗੱਲਬਾਤ ਕਰਦੇ ਆ ਸਾਡੇ ਪੰਜਾਬੀ ਸਕੂਲ ਦੇ ਬੱਚਿਆਂ ਵਿੱਚ ਵੀ ਇਸ ਚੀਜ਼ ਦਾ ਕਾਫੀ ਉਤਸ਼ਾਹ ਹੈ ਕਿ ਹਾਂਜੀ ਉਹ ਸਕੂਲ ਜਿਹੜਾ ਬੜੂ ਸਾਬ ਚੱਲਦਾ ਉਹਦੇ ਵਿੱਚ ਜਾਨੀ ਕਿ ਚੰਗੀ ਜਾਨੀ ਕਿ ਸਿੱਖਿਆ ਇੱਕ ਐਗਜ਼ਾਮਪਲ ਹੈ ਸਾਡੇ ਬੱਚਿਆਂ ਵਾਹ ਤੇ ਸਕੂਲ ਦੇ ਵਾਸਤੇ ਜੀ ਜੀ ਤੇ ਸੰਗਤ ਨੂੰ ਜਦੋਂ ਜਸੀਂ ਉੱਪਰ ਆਪਣੇ ਬੜੂ ਸਾਬ ਦੇ ਚੋਂ ਨੁਮਾਇंदे ਆਉਂਦੇ ਆ ਉਹਨਾਂ ਨੂੰ ਜਦੋਂ ਸੰਗਤ ਤੋਂ ਐਡਰੈਸ ਕਰਦੇ ਆ ਉਹਦੇ ਤੋਂ ਕਾਫੀ ਐਨਕਰੇਜ ਹੋ ਕੇ ਅਸੀਂ ਵੀ ਸੰਗਤ ਨੂੰ ਪਹਿਲਾਂ ਦੱਸਦੇ ਆ ਕਿ ਐ ਪ੍ਰੋਗਰਾਮ ਹੋ ਰਿਹਾ ਤੇ ਉਹਦੇ ਵਿੱਚ ਸਾਡੇ ਕੋਲ ਨਮਾਇਨੇ ਪਹੁੰਚ ਤੇ ਸੰਗਤ ਉਸੇ ਸਾਵਨ ਆਪਣਾ ਐਸਾ ਜੋ ਉਹ ਨ ਬਰਦਾਸਤ ਉਹ ਪਾਉਂਦੇ ਆ ਤੇ ਤਕਰੀਬਨ ਜਾਨੀ ਕਿ ਹਰ ਸਾਲ ਕੁਛ ਨਾ ਕੁਛ ਜਾਨੀ ਕਿ ਇਸ ਉਪਰਾਲੇ ਵਿੱਚ ਆਪਣਾ ਐਸਾ ਪਾਉਂਦੇ ਨੇ ਔਰ ਸਾਨੂੰ ਜਾਨੀ ਕਿ ਇਸੀ ਤੇ ਪਰਮਾਤਮਾ ਦੀ ਮਿਹਰ ਆ ਕੇ ਅਸੀਂ ਇਸ ਅ ਅਧਾਰ्यावर ਤੇ ਚੜ੍ਹਦੀ ਕਲਾ ਵਿੱਚ ਅਰਦਾਸ ਕਰਦੇ ਆ ਕਿ ਹਮੇਸ਼ਾ ਇਹ ਸਿੱਖੀ ਦਾ ਬੂਟਾ ਜੁੜਨ ਜੂ ਕਿ ਤਾ ਇਹ ਦਾ ਫੁੱਲਤਾ ਹੁੰਦਾ ਰਹੇ ਜੀ 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 ਬੰਦੇਸ਼ਾ ਸਾਹਿਬ ਅ ਤੁਸੀਂ ਗੱਲ ਕੀਤੀ ਸੀ ਕਿ ਅਸੀਂ ਜਿਹੜਾ ਅਦਾਰੇ ਦਾ ਬੂਟਾ ਫੁੱਲ-ਪੁੱਲ ਦਾ ਰਵੇ ਚੜ੍ਹਦੀ ਕਲਾ ਚ ਰਵੇ ਐਟ ਦ ਸੇਮ ਟਾਈਮ ਤੁਸੀਂ ਬਹੁਤ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਹੋ ਇਸ ਗੁਰੂ ਘਰ ਦੇ ਵਿੱਚ ਕਿ ਤੁਸੀਂ ਕੋਈ ਨਵਾਂ ਪ੍ਰੋਜੈਕਟ ਇਸ ਗੁਰੂ ਘਰ ਬੱਚਿਆਂ ਵਾਸਤੇ ਜਾਂ ਬਜ਼ੁਰਗਾਂ ਵਾਸਤੇ ਜਾਂ ਕੋਈ ਹੋਰ ਪ੍ਰੋਜੈਕਟ ਜਿਹੜਾ ਤੁਹਾਡੇ ਦਿਮਾਗ 'ਚ ਹੋਵੇ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੋ ਸਾਡੇ ਨਾਲ ਸਾਡੇ ਕੋਲ ਇਸ ਟਾਈਮ ਤੇ ਜਾਨੀ ਕਿ ਇੱਕ ਜੋ ਸੀਨੀਅਰਸ ਗਰੁੱਪ ਸ਼ੂਕਤਾ ਹੋਇਆ ਥੋੜੀ ਦੇਰ ਦਾ ਜੀ ਜੀ ਉਹਦੇ 'ਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਬਜ਼ੁਰਗ ਹੀ ਸਾਡੇ ਘਰਾਂ 'ਚ ਬੈਠੇ ਰਹਿੰਦੇ ਆ ਉਹਨਾਂ ਬੱਚੇ ਆਪੋ ਆਪਣੇ ਕਮਰ ਚੱਲ ਜਾਂਦੇ ਆ ਛੋਟੇ ਬੱਚੇ ਸਕੂਲਾਂ ਚੱਲ ਜਾਂਦੇ ਆ ਉਹ ਕੱਲੇ ਹੁੰਦੇ ਆ ਅਸੀਂ ਪ੍ਰੋਗਰਾਮ ਬਣਾ ਰਹੇ ਆ ਕਿ ਉਹ ਬਜ਼ੁਰਗਾਂ ਨੂੰ ਕਿਸੇ ਹਿਸਾਬ ਨਾਲ ਕੋਤਰਾ ਸਾਹਿਬ ਚ ਲੈ ਜਾਂਦਾ ਜਾਵੇ ਚਲਦੀ ਬੀਕ ਵਿੱਚ ਵੀ ਤਾਂ ਕਿ ਉਹ ਬਜ਼ੁਰਗ ਆਪਦੇ ਹਾਨੀਆਂ ਨਾਲ ਇਕੱਠੇ ਹੋ ਕੇ ਜੀ ਆਪਦੇ ਮਨ ਦੇ ਜੋ ਅਭਾਰ ਆ ਗੱਲਾਂ ਬਾਤਾਂ ਪੁਰਾਣੀਆਂ ਕਰਕੇ ਆਪਣੀ ਜਾਨੀ ਕਿ ਟਾਈਮ ਪਾਸ ਕਰ ਸਕਣ ਕਿਉਂਕਿ ਜੇ ਕੱਲਾ ਕੋਈ ਵੀ ਘਰੇ ਬੈਠਾ ਉਹ ਰਾਜੀ ਜ਼ਿੰਦਗੀ ਜਿਹੜੀ ਆਤੀ ਕਰ ਆਵਰ ਜੰਦੀ ਆ ਜੇ ਉਹ ਇਕੱਠੇ ਹੋਣਗੇ ਆਪਦੇ ਪਿੱਛੇ ਕੁਰੂਨ ਯਾਦ ਕਰਨਗੇ ਤੇ ਉਸੇ ਹਿਸਾਬ ਨਾਲ ਉਹਨਾਂ ਨੂੰ ਇੱਕ ਹਾਰ ਬਣੂਗਾ ਕਿ ਅਸੀਂ ਬਾਹਰ ਜਾਣਾ ਜੀ 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 ਉਸ ਤੋਂ ਇਲਾਵਾ ਜੋ ਸਾਡਾ ਸਕੂਲ ਆ ਉਹਦੇ ਵਿੱਚ ਅਸੀਂ ਜਾਨੀ ਕਿ ਸਕੂਲ ਵਿੱਚ ਸਾਡੇ ਕੋਲ 7 ਕਲਾਸਾਂ ਐਸਾਂ ਉਤੇ ਜਿਹੜੇ ਬੱਚੇ 5 ਸਾਲ ਤੋਂ ਸ਼ੁਰੂ ਹੋ ਕੇ 16-17 ਸਾਲ ਤੱਕ ਦੇ ਬੱਚੇ ਜਾਂਦੇ ਆ ਉਹਦੇ ਅਸੀਂ ਨਾਲ ਇੱਕ ਨਵੀਂ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਆਨਲਾਈਨ ਨਾਨ ਪੰਜਾਬੀ ਸਪੀਕਰ ਜਿਹੜੇ ਆ ਉਹਨਾਂ ਵਾਸਤੇ ਪੰਜਾਬੀ ਦੀ ਕਲਾਸ ਦਾ ਇੰਟਰਮ ਕਰ ਰਹੇ ਆ। ਹੋਰ ਉਹਦੇ ਵਿੱਚ ਨੌਨ ਸਪੀਕਰ ਵੀ ਹੋ ਸਕਦੇ ਆ, ਤਜਾਉ ਵੀ ਹੋ ਸਕਦੇ ਆ ਜਨਨਾਂ ਨੇ ਪੰਜਾਬੀ ਨਹੀਂ ਸਿੱਖੀ। ਹਾਂ ਹਾਂ ਹਾਂ। ਹਾਲਾਂਕਿ ਸਾਡੀ ਕਮੇਟੀ ਵਿੱਚ ਵੀ ਕੈਸੇ ਹੈਗੇ ਆ? ਉਸ ਜਣੇ ਕਿ ਬਜ਼ੁਰਗਵਾਜਾਂ ਉਹਨਾਂ ਨੇ ਪੰਜਾਬੀ ਨਹੀਂ ਸਿੱਖੀ। ਇੱਥੇ ਜੰਪਲ ਜਿਹੜੇ ਸਾਡੇ ਆਪਣੇ ਆ ਉਹ ਵੀ ਪੰਜਾਬੀ ਨਹੀਂ ਸਿੱਖੀ ਤੇ ਉਹਨਾਂ ਵਾਸਤੇ ਅਸੀਂ ਆਨਲਾਈਨ ਕੋਰਸ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਜੀ ਜੀ ਬੰਦੇਸ਼ਾ ਸਾਹਿਬ ਤੁਸੀਂ ਬਹੁਤ ਸੋਹਣਾ ਲੈਬਰੇਟ ਕੀਤਾ ਆ ਜਿਹੜਾ ਕਲਗੀਧਰ ٹرسٹ ਆ ਬੜੂ ਸਾਹ ਉਹਦੇ ਬਾਰੇ ਤੇ ਤੁਹਾਡੇ ਆਪ ਦੇ ਗੁਰੂ ਘਰ ਐ ਇਥੋਂ ਦੇ ਜਿਹੜੀ ਗੁਰੂ ਘਰ ਦੀ ਕਮੇਟੀ ਤੇ ਹੋਣ ਵਾਲੇ ਕੰਮਾਂ ਵਾਸਤੇ ਸਾਡੇ ਨਾਲ ਤੀਸਰੇ ਜਿਹੜੇ ਪੈਨਲਿਸਟ ਨੇ ਜੁੜੇ ਹੋਏ ਨੇ ਇਥੋਂ ਦੇ ਈਸੇ ਗੁਰੂ ਘਰ ਦੇ ਸੇਵਾਦਾਰ ਨੇ ਡਾਕਟਰ ਹਰ ਗੁਰਮਖਪਾਲ ਸਿੰਘ ਜੀ ਜੁੜੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਡਾਕਟਰ ਸਾਹਿਬ ਬੰਦੇਸ਼ਾ ਸਾਹਿਬ ਨੇ ਬਹੁਤ ਸੋਹਣਾ ਐਲੈਬੋਰੇਟ ਕੀਤਾ ਇਥੋਂ ਮਾਰੇ ਤੇ ਤੁਸੀਂ ਵੀ ਪੁਰਾਣੇ ਜੁੜੇ ਹੋਇਓ ਇਸ ਗੁਰਦੁਆਰਾ ਕਨ ਪਰ ਮੈਂ ਪਹਿਲਾ ਕੁਐਸਚਨ ਤੁਹਾਨੂੰ ਆਧਾਰਾ ਜਿਹੜਾ ਕਲਗੀਧਰ ਟਰਸਟ ਬੜੂ ਸਾਹਿਬ ਆ ਉਹਦੇ ਬਾਰੇ ਪੁੱਛੂੰਗਾ ਸੋ ਫਾਰ ਤੁਸੀਂ ਸੇਵਾ ਕਰਦੇ ਆਇਓ ਕਰਵਾਉਂਦੇ ਆਇਓ ਸੰਗਤ ਦੇ ਨਾਲ ਤੁਹਾਨੂੰ ਕਿੱਥੇ ਕ ਲੱਗਦਾ ਕਿ ਜਿਹੜੀ ਤੁਹਾਡੀ ਸੇਵਾ ਆ ਉਹ ਪੂਰੀ ਤਰ੍ਹਾਂ ਉਸ ਪ੍ਰੈਕਟੀਕੈਲਿਟੀ ਤੇ ਪੂਰੀ ਉਤਰ ਰਹੀ ਹੈ ਜਿੱਥੇ ਤੁਸੀਂ ਆਪਦੇ ਜ਼ਿਹਨ ਵਿੱਚੋਂ ਸੇਵਾ ਲਾ ਰਹੇ ਹੋ ਦੇਖੋ ਜੀ ਫਸਟ ਆਫ ਆਲ ਮੈਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਨਾ ਮੇਜਰ ਸਰਦਾਰ ਗੁਰਚਨ ਸਿੰਘ ਜੱਜ ਜਿਨ੍ਹਾਂ ਦੇ ਉਤਸ਼ਾਹ ਤੇ ਉਪਰਾਲੇ ਦੇ ਨਾਲ ਮੈਂ ਤੇ ਹੋਰ ਸੰਗਤ ਦੇ ਬਹੁਤ ਸਾਰੇ ਮੈਂਬਰ ਇਸ ਬਹੁਤ ਜਿਹੜਾ ਮਹਾਨ ਜਿਹੜਾ ਕਾਰਜ ਬੜੂ ਸਾਹਿਬ ਕਲਗੀਧਰ ٹرسٹ ਵੱਲੋਂ ਕਾਰਜ ਸ਼ੁਰੂ ਕੀਤਾ ਹੋਇਆ ਐਜੂਕੇਸ਼ਨ ਵਾਸਤੇ ਪੰਜਾਬ ਜਾਂ ਸਰౌండింగ్ ਏਰੀਜ਼ ਸਾਨੂੰ ਵੀ ਉਸ ਦੇ ਵਿੱਚ ਕੁਝ ਹਿੱਸਾ ਪਾਉਣ ਦਾ ਜੀ ਮੌਕਾ ਮਿਲਿਆ ਤੇ ਸਾਨੂੰ ਜਾਣਕਾਰੀ ਮਿਲੀ ਤੇ ਉਤਸ਼ਾਹ ਮਿਲਿਆ ਹੈਵਿੰਗ ਸੈਟ ਦੈਟ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਵੀ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਕਿ ਇਹ ਕਿਸ ਤਰ੍ਹਾਂ ਚੱਲ ਰਿਹਾ ਪ੍ਰੋਜੈਕਟ ਤੁਸੀਂ ਜ਼ਿਕਰ ਕੀਤਾ ਸੀ ਆਲਰੇਡੀ ਕਿ ਤਕਰੀਬਨ 130 ਸਕੂਲ ਇਸ ادارے ਵੱਲੋਂ ਚੱਲ ਰਹੇ ਨੇ ਯੂਨੀਵਰਸਿਟੀਆਂ ਨੇ 17000 ਦੇ ਕਰੀਬ ਸਟੂਡੈਂਟ ਨੇ ਆ 댓 ਇਟਸੈਲਫ ਉਹ ਤੋਂ ਅਕੰਪਲਿਸ਼ਮੈਂਟ ਸਾਨੂੰ ਇਹ ਦੱਸਦੀ ਆ ਕਿ ਵੀ ਇਹ ਬਹੁਤ ਸਕਸੈਸਫੁਲੀ ਇਹ ਜਿਹੜਾ ਪ੍ਰੋਜੈਕਟ ਜੋ ਚਲਾਇਆ ਹੋਇਆ ਚੱਲ ਰਿਹਾ ਤੇ ਸਾਨੂੰ ਵੀ ਖੁਸ਼ੀ ਹੁੰਦੀ ਆ ਜਦੋਂ ਅਸੀਂ ਬਾਹਰ ਬੈਠੇ ਸਾਰੇ ਬੈਠਿਆਂ ਨੂੰ ਇਹ ਹੁੰਦਾ ਕਿ ਵੀ ਅਸੀਂ ਆਪਣੇ ਪਿੱਛੇ ਰਹਿਏ ਪੰਜਾਬ ਤੇ ਉਸ ਇਲਾਕੇ ਵਿੱਚ ਆਪਣੇ ਭਾਈਚਾਰੇ ਬਾਰੇ ਕੁਝ ਕਰ ਸਕੀ ਐ ਸਾਨੂੰ ਵਾਹਿਗੁਰੂ ਨੇ ਬੜੀ ਸਾਡੇ ਤੇ ਕਿਰਪਾ ਕੀਤੀ ਆ ਬਾਹਰ ਵਿਦੇਸ਼ਾਂ ਚ ਬੈਠਿਆਂ ਦੀ ਤੇ ਅਸੀਂ ਆਪਣਾ ਫਰਜ਼ ਸਮਝ ਕੇ ਕੋਸ਼ਿਸ਼ ਕਰਦੇ ਆ ਕਿ ਵੀ ਆਪਣਾ ਵੀ ਯੋਗਦਾਨ ਇਹਦੇ ਵਿੱਚ ਹਿੱਸਾ ਪਾਇਆ ਜਾਵੇ ਤੇ ਮੈਨੂੰ ਜਿੱਥੋਂ ਤੱਕ ਇਨਫੋਰਮੇਸ਼ਨ ਮਿਲਦੀ ਆ ਬੇਸਡ ਪੌਨ ਦਾ ਨੰਬਰਸ ਥੈਟ ਆਈ ਹਰਡ ਕਿ ਇਹ ਜਿਹੜਾ ادارਾ ਬਹੁਤ ਸੁਚੇਜੇ ਤਰੀਕੇ ਨਾਲ ਆਪਣਾ ਜੋ ਜ਼ਿੰਮੇਵਾਰੀ ਨਾਲ ਕੰਮ ਸਿਰੇ ਚੜਾਇਆ ਜੀ ਜੀ ਡਾਕਟਰ ਸਾਹਿਬ ਆਪਾਂ ਤੁਸੀਂ ਐਲੈਬ੍ਰੇਟ ਸੋਣਾ ਕੀਤਾ ਅਦਾਰੇ ਬਾਰੇ ਅਗਰ ਕਲਗੀਧਾ ٹرسٹ ਬੜੂ ਸਾਹਿਬ ਆਪਾਂ ਗੱਲ ਕਰਦੇ ਹੁਣ ਤੁਹਾਡਾ ਬੰਦੇਸ਼ਾ ਸਾਹਿਬ ਨੇ ਬਹੁਤ ਸੋਣਾ ਐਲੈਬ੍ਰੇਸ਼ਨ ਪਹਿਲਾਂ ਵੀ ਦਿੱਤੀ ਸੀ ਤੁਸੀਂ ਮੈਨੂੰ ਪਤਾ ਬਹੁਤ ਪੁਰਾਣੇ ਜੁੜੇ ਹੋਇਆ ਇਸ ਗੁਰੂ ਘਰ ਨਾਲ ਤੇ ਅੱਜ ਅਸੀਂ ਸਾਡੀ ਜਸ ਪੰਜਾਬੀ ਦੀ ਟੀਮ ਤੇ ਬੜੂ ਸਾਹਿਬ ਦੀ ਟੀਮ ਵੀ ਇੱਥੇ ਆਈ ਹੋਈ ਹੈ ਤਾਂ ਜੋ ਇੰਤਜ਼ਾਮ ਤੇ ਜਿਹੜਾ ਸਿਸਟਮ ਤੁਸੀਂ ਸੈੱਟ ਕੀਤਾ ਬਹੁਤ ਸੋਣਾ ਇਹਦੇ ਪਿੱਛੇ ਤੁਸੀਂ ਬਹਿ ਕੇ ਕੋਈ ਸਲਾਹ ਕਰਦੇ ਹੁੰਨੇ ਕਿ ਜਿਹੜੀ ਲੰਗਰ ਆ ਉਹ ਫਰਸਟ ਫਲੋਰ ਤੇ ਹੀ ਰਹਿਣਾ ਚਾਹੀਦਾ ਤਾਂ ਕਿ ਬਜ਼ੁਰਗਾਂ ਨੂੰ ਤਕਲੀਫ ਨਾ ਹੋਵੇ ਹਰ ਚੀਜ਼ ਜਿਹੜੀ ਤੁਹਾਡੀ ਫਰਸਟ ਫਲੋਰ ਤੇ ਥੋੜਾ ਬਹੁਤ ਸਟੈਪਸ ਤਾਂ ਲੈਣੇ ਪੈਂਦੇ ਆ ਕਿਉਂਕਿ ਆਰਕੀਟੈਕਟ ਵੀ ਮਜਬੂਰੀ ਬਣ ਜਾਂਦੀ ਹੈ ਤਾਂ ਜਿਹੜਾ ਲੇਆਉਟ ਹੈ ਬਹੁਤ ਸੋਹਣਾ ਇਹ ਮੇਰਾ ਆਪਦਾ ਕੁਐਸਚਨ ਹੈ ਕਿ ਪੂਰੀ ਕਮੇਟੀ ਵਧਾਈ ਦੀ ਪਾਤਰ ਹੈ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਹ ਜੀ ਇਹ ਸਾਡੀ ਕਮਿਊਨਿਟੀ ਦੇ ਜਿਹੜੇ ਸਰਮੌਰ ਜਿਹੜੇ ਕਹਾਂਗੇ ਲੀਡਰ ਨੇ ਭਾਈਚਾਰੇ ਦੇ ਵਿੱਚ ਇਹ ਉਹਨਾਂ ਦੀ ਸੁਚੱਜੀ ਸੋਚ ਦਾ ਨਤੀਜਾ हां बिल्कुल एम एज़ अ मेडिकल प्रोफेशनल मैं ਤੇ ਮੇਰੇ ਤੋਂ ਵੀ ਹੋਰ ਸੀਨੀਅਰ ਮੈਡੀਕਲ professionals ਇੱਥੇ ਨੇ ਉਹ ਫ੍ਰॉम ਸਮੇਂ ਤੋਂ ਟਾਈਮ ਟੂ ਟਾਈਮ ਅਸੀਂ ਆਪਣਾ ਵੀ ਇੰਪੋਰਟ ਉਹਨਾਂ ਨੂੰ ਦਿੰਦੇ ਆ ਤੇ ਉਹ ਹਮੇਸ਼ਾ ਹੀ ਸਰ ਮੱਥੇ ਤੇ ਸਾਡੀਆਂ ਸੁਜੈਸ਼ਨਸ ਨੂੰ ਮੰਨਦੇ ਨੇ ਹਾਂ ਹਾਂ ਜੀ 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 ਬਹੁਤ ਸੋਣਾ ਡਾਕਟਰ ਸਾਹਿਬ ਬ੍ਰੇਕ ਤੋਂ ਪਹਿਲਾਂ ਡਾਕਟਰ ਸਾਹਿਬ ਮੈਨੂੰ ਇਹ ਦੱਸੋ ਕਿ ਜਿਹੜਾ ਅਦਾਰਾ ਕਲਗੀ ਕਲਗੀਤਾ ਟਰਸਟ ਬੜੂ ਸਾਹਿਬ ਹੈ ਇਹ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਕਿੰਨਾ ਕੁ ਪਹਿਲਾਂ ਇਸ ਗੁਰੂ ਘਰ ਨਾਲ ਜੁੜ ਗਿਆ ਸੀਗਾ ਮੇਰੀ ਸਮਝ ਦੇ ਮੁਤਾਬਕ ਜਿੰਨਾ ਤੱਕ ਮੈਨੂੰ ਯਾਦ ਆ ਕਿ ਪਿਛਲੇ ਤਕਰੀਬਨ 15 ਸਾਲ ਤੋਂ 10 15 ਸਾਲ ਦੇ ਇਨ ਟਾਈਮ ਦੇ ਵਕਫੇ ਤੋਂ ਤਾਂ ਐਟ ਲੀਸਟ ਵੀ ਮੇਰੀ ਇਨਵੋਲਵਮੈਂਟ ਹੈਗੀ ਆ ਜੀ ਜੀ ਹੋ ਸਕਦਾ ਹੈ ਕਿ ਇਸ ਤੋਂ ਪਹਿਲਾਂ ਵੀ ਝੱਜ ਸਾਹਿਬ ਦੇ ਹਮਤ ਦੇ ਮੈਂ ਸਰਕਾਰ ਇੱਥੇ ਗੁਰਦੁਆਰਾ ਸਾਹਿਬ ਦੀ ਇਨਵੋਲਵਮੈਂਟ ਹੋਵੇ ਪਰ ਮੈਂ ਆਪਣੇ ਤੌਰ ਤੇ ਦੱਸ ਰਿਹਾ ਮੈਂ ਇਨ ਕ ਸਮੇ ਤੋਂ ਇਸ ਨਾਲ ਅਸੀਂ ਜੁੜੇ ਹਾਂ ਜੀ ਡਾਕਟਰ ਸਾਹਿਬ ਬਹੁਤ ਧੰਨਵਾਦ ਤੁਸੀਂ ਬਹੁਤ ਸੋਹਣਾ ਐਲੈਬ੍ਰੇਟ ਕੀਤਾ ਮੈਂ ਆਉਂਗਾ ਚੰਦ ਸਾਹਿਬ ਤੇ ਚੰਦ ਸਾਹਿਬ ਮਾਈਕ ਲੈ ਲਓ ਮੇਰਾ ਬ੍ਰੇਕ ਤੋਂ ਪਹਿਲਾਂ ਇੱਕ ਤੋਂ ਕੁਐਸਚਨ ਹੈ ਤੁਹਾਡੇ ਤੋਂ ਆਪਾਂ ਬਹੁਤ ਵੀ ਵੱਡੀ ਮਹਾਮਾਰੀ ਤੋਂ ਉੱਭਰ ਕੇ ਬਾਹਰ ਆ ਰਹੇ ਹਾਂ ਹਲੇ ਤਰ੍ਹਾਂ ਕਿਸੇ ਵੀ ਕਿਸੇ ਤਰ੍ਹਾਂ ਉਹ ਬਿਮਾਰੀ ਫੇਰ ਵੀ ਖੜਾ ਨਹੀਂ ਛੱਡ ਰਹੀ ਹੈ ਨਵੇਂ-ਨਵੇਂ ਰੂਪ ਬਾਹਰ ਆ ਰਹੇ ਆ ਉਸ ਤੋਂ ਬਾਅਦ ਵੀ ਤੁਹਾਡਾ ਉਪਰਾਲਾ ਲਗਾਤਾਰ ਜਾਰੀ ਹੈ ਅਦਾਰੇ ਬਾਰੇ ਐਸ ਵਾਰ ਮਹਾਮਾਰੀ ਤੋਂ ਬਾਅਦ ਇਹ ਪਹਿਲਾ ਸਾਲ ਹੈ ਤੁਹਾਨੂੰ ਕੀ ਲੱਗਦਾ ਹੈ ਸੰਗਤਾਂ ਦਾ ਰਿਸਪਾਂਸ ਕਿਦਾਂ ਦਾ ਹੈ ਸਾਲ ਤੇ ਅੱਗੇ ਤੋਂ ਕੀ ਦੇਖ ਰਹੇ ਹੋ ਜੋ ਸੰਗਤ ਨੇ ਇਸ ਸਾਲ ਅੱਜ ਕਲ੍ਹਕਸ਼ਨ ਹੋਈ ਹੈ ਉਹ ਬਾਊਟ ਮੈਂ ਰਫਲੀ ਅਬਾਊਟ 70000 ਦੇ ਨੇੜੇ ਪਹੁੰਚ ਚੁੱਕੀ ਐ ਜੀ ਅੱਗੇ ਜ਼ਿਆਦਾ ਸੀ ਲੇਕਿਨ ਹੁ ਸੰਗਤ ਗੁਰਦੁਆਰੇ ਆਉਣ ਤੋਂ ਕੱਟੀ ਹੋਈ ਐ ਜੀ 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 ਪਰ ਫੇਰ ਵੀ ਹੋਰ ਅਪਰਾ ਅਪਰਾਲਾ ਸੀ ਕਰਾਂਗੇ ਚਿੱਠੀ ਭੇਜਾਂਗੇ ਜਿਹੜੇ ਪੁਰਾਣੇ ਕੰਟਰੀਬਿਊਟਰਸ ਨੇ ਹੋਰ ਹੋਰ ਉਹ ਹੈਲਪ ਕਰਨਗੇ ਜੀ 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 ਆ ਚਾਚਾ ਸਾਹਿਬ ਬ੍ਰੇਕ ਤੋਂ ਪਹਿਲਾਂ ਲਾਸਟ ਕੁਐਸਚਨ ਐ ਮੇਰਾ ਤੁਹਾਡੇ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਤੇ ਤੁਹਾਡੇ ਜਿਹੜੇ ਸਰਾਉਂਡਿੰਗਸ ਜਿਹੜੀ ਸੰਗਤ ਐ ਉਹੋ ਇੰਡੀਆ ਜਾ ਕੇ ਵੀ ਕੋਈ ਫਿਜ਼ੀਕਲ ਸੇਵਾ ਵੀ ਨਿਵਾ ਰਹੇ ਆ ਉੱਥੇ ਪਿਛਲੇ ਟਾਈਮਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕੁਝ ਬੰਦੇ ਇਦਾਂ ਦਾ ਉਪਰਾਲਾ ਫੇਰ ਕਰਨਗੇ ਤਾਂ ਕਿ ਆਪ ਦਾ ਹੋਰ ਯੋਗਦਾਨ ਪਾਇਆ ਜਾ ਸਕੇ ਹਾਂ ਕੁਝ ਇੱਥੇ ਉਹ ਕਿਸਾਨ ਮੋਰਚੇਸ ਗਏ ਸੀ ਕਿ ਕੁਝ ਸੰਗਤ ਦੇ ਮੈਂਬਰ ਲੇਕਿਨ ਜ਼ਿਆਦਾ ਅਸੀਂ ਇੱਥੋਂ ਹੀ ਫਾਈਨੈਂਸ਼ੀਅਲੀ ਹੈਲਪ ਜ਼ਰੂਰ ਕਰਦੇ ਰਹੇ ਹਾਂ ਦਸ਼ਕੋ ਸਾਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜੀ ਬ੍ਰੇਕ ਲਈ ਸਾਡੇ ਨਾਲ ਤਿੰਨੇ ਪੈਨਲਿਸਟ ਬਣੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਦਸ਼ਕੋ ਆਪਾਂ ਬਹੁਤ ਹੀ ਸੋਹਣਾ ਸਪੈਸ਼ਲ ਪ੍ਰੋਗਰਾਮ ਆਪਾਂ ਕਰ ਰਹੇ ਅੱਜ ਉੱਚੇਚੇ ਤੌਰ ਤੇ ਪਹੁੰਚੇ ਹੋਏ ਹਾਂ ਸਿੱਖ ਰਿਲੀਜੀਅਸ ਸੁਸਾਇਟੀ ਗੁਰਦੁਆਰਾ ਸਾਹਿਬ ਪਲਾਂਟਾਈਨ ਐਲਨੋਇ ਦੇ ਵਿੱਚ ਦਸ਼ਕੋ ਪਹਿਲੇ ਪੈਨਲਿਸਟ ਨੇ ਬਹੁਤ ਸੋਹਣਾ ਐਲੈਬ੍ਰੇਸ਼ਨ ਕੀਤਾ ਕਿ ਜਿਹੜੀ ਆਪਣੇ ਕਲਗੀਤਰ ਟਰੱਸਟ ਬੜੂ ਸਾਹਿਬ ਵੱਲੇ ਜਿਹੜੇ ਜਿਹੜਾ ਆਧਾਰਾ ਉਹ ਕਿੱਥੇ ਕੀ ਸਟੈਂਡ ਕਰਦਾ ਤੇ ਅੱਜ ਉਹ ਕਿਹੜੀਆਂ ਬੁਲੰਦੀਆਂ ਨੋਚ ਰਿਹਾ ਉਹਦੇ ਵਿੱਚ ਸਾਡੇ ਨਾਲ ਦੋ ਪੈਨਲਿਸਟ ਸਾਡੇ ਨਾਲ ਹੋਰ ਜੁੜ ਗਏ ਨੇ ਇਸ ਥਰਡ ਸੈਗਮੈਂਟ ਦੇ ਵਿੱਚ ਸਰਦਾਰ ਹਰਦੀਾਲ ਸਿੰਘ ਜਿਹੜੇ ਨੇ ਸਾਡਾ ਹਰਦੀਾਲ ਸਿੰਘ ਦਿਓਲ ਸਾਣਾ ਜੁੜੇ ਹੋਏ ਨੇ ਤੇ ਮਾਨਯੋਗ ਡਾਕਟਰ ਇਸਪਾਲ ਸਿੰਘ ਬਾਜਵਾ ਸਾਹਿਬ ਦੋਨਾਂ ਦਾ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਮੇਰਾ ਪਹਿਲਾ ਕੁਐਸਚਨ ਦਿਓਲ ਸਾਹਿਬ ਤੁਹਾਡੇ ਤੋਂ ਆ ਜੇਲ ਸਾਹਿਬ ਮੈਨੂੰ ਇਹ ਦੱਸੋ ਕਿ ਤੁਸੀਂ ਇੰਜੀਨੀਅਰਿੰਗ ਕੀਤੀ ਹੋਈ ਹੈ ਉੱਥੇ ਇੰਡੀਆ ਤੋਂ ਔਰ ਇੱਥੇ ਆ ਕੇ ਮਾਸਟਰਸ ਕੀਤੀ ਆ ਇੱਥੇ ਆ ਕੇ ਤੁਸੀਂ ਆਪਦੀ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਵੀ ਬਤੀਤ ਕੀਤਾ ਔਰ ਪਿੱਛੋਂ ਜਿਹੜੇ ਬੱਚੇ ਪੰਜਾਬ ਤੋਂ ਆ ਰਹੇ ਆ ਕੁਝ ਵਿਚਾਰੇ এডਿਕੇਸ਼ਨ ਲੈ ਕੇ ਆ ਰਹੇ ਕੁਝ ਵਿੱਤੀ ਘਾਟ ਹੋਣ ਕਰਕੇ ਉਹ ਉਹਨਾਂ ਨੂੰ এডਿਕੇਸ਼ਨ ਨਹੀਂ ਮਿਲ ਪਾਰੀ ਹਾਲਾਂਕਿ ਹੁਨਾਰ ਬੱਚੇ ਹੁੰਦੇ ਆ ਹੁਣ ਤੁਸੀਂ ਪਿੰਡਾਂ 'ਚ ਵੀ ਰਹੇ ਹੋ ਤਾਂ ਇਸ ਟਾਈਮ ਜਿਹੜਾ ਹਾਲਾਤ ਆ ਜਿਹੜਾ ਅਦਾਰਾ ਕਲਗੀਧਰ ਟਰਸਟ ਬੜੂ ਸਾਹਿਬ ਕਰ ਰਿਹਾ ਆ ਇਸ ਟਾਈਮ ਤੁਸੀਂ ਦੇਖਿਆ 70000 ਦੇ ਕਰੀਬ ਬੱਚੇ ਨੇ ਉੱਥੇ 130 ਦੇ ਕਰੀਬ ਸਕੂਲ ਨੇ 200 ਤੋਂ 30 ਯੂਨੀਵਰਸਿਟੀਆਂ ਹੈ ਔਰ ਅੱਗੇ ਵੀ ਬੁਲੰਦੀਆਂ ਨੂੰ ਚੂੜਾ ਤਾਨੂੰ ਕੀ ਲੱਗਦਾ ਪਿੰਡਾਂ ਦੇ ਵਿੱਚ ਕੋਈ ਸੁਧਾਰ ਹੋ ਰਿਹਾ ਬੱਚਾਂ ਦੀ ਜਿਹੜੀ ਪੜਨ ਵਾਲ ਜਗਿਆਸਾ ਵੱਧ ਰਹੀ ਹੈ ਤੁਸੀਂ ਦੇਖਿਆ ਹੋਊਗਾ ਓਵਰ ਦ ਪੀਰੀਅਡ ਆਫ ਟਾਈਮ ਕਿੰਨੀ ਕਿ ਚੇਂਜਸ ਆਈ ਹੈ ਇਸ ਅਦਾਰੇ ਦੇ ਕਰਕੇ ਸਭ ਤੋਂ ਪਹਿਲਾਂ ਜੀ ਜਸ ਪੰਜਾਬੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆ ਕੇ ਸਾਡੇ ਨਾਲ ਇਹ ਪ੍ਰੋਗਰਾਮ ਕਰ ਰਹੇ ਹੋ ਤੇ ਮੈਂ ਗੁਰਨਾਣ ਕਾਲਜ ਤੋਂ ਸਿਵਲ ਇੰਜੀਨੀਅਰਿੰਗ ਕਰਕੇ ਜੀ ਆ ਉਸੇ ਸਾਲ ਹੀ ਐਜ਼ ਅ ਸਟੂਡੈਂਟ ਅਮਰੀਕਾ ਆਇਆ ਸੀਗਾ ਇੱਥੋਂ ਆ ਕੇ ਫਿਰ ਯੂਸੀ ਡੇਵਸ ਤੋਂ ਮਾਸਟਰਸ ਕੀਤੀ ਅਮ ਮੇਰਾ ਜਿਹੜਾ ਗੁਰਨਾਣ ਕਾਲਜ ਕਾਲਜ ਦਾਖਲਾ ਸੀਗਾ ਉਹ ਐ ਜੇ ਜੇ ਪਿੰਡ ਦੇ ਪਿੰਦੇ ਦੇ ਬੱਚਾ ਕਰਕੇ ਸੀਗਾ ਉਸ ਤੁਸੀਂ ਅ ਸਾਲ 90 ਪਰਸੈਂਟ ਦੇ ਪਾਸ ਹੋਇਆ ਪਹਿਲਾਂ ਤੇ ਤੁਹਾਡੀ ਫਿਜ਼ੀਕਲੀ ਤੇ ਉਸ ਉਸੇ ਕਰਕੇ ਆ ਮੈਨੂੰ ਇੰਜੀਨੀਅਰਿੰਗ ਕਾਲਜ ਦਾਖਲਾ ਮਿਲਿਆ ਜੀ ਤੇ ਉਸ ਦਿਨ ਉਸ ਤੋਂ ਅੱਗੇ ਮੈਂ ਆਪਣੀ ਹਿੰਮਤ ਦੇ ਨਾਲ ਮੈਂ ਪਹੁੰਚਿਆ ਜਿੱਥੇ ਤੱਕ ਪਹੁੰਚਿਆ ਅੱਜ ਤੱਕ ਜੀ ਜੀ ਪਰਮਾਤਮਾ ਦੀ ਬਹੁਤ ਮਿਹਰ ਆ ਤੇ ਇਸੇ ਤਰ੍ਹਾਂ ਹੀ ਹੁਣ ਆ ਜਿਹੜਾ ਕਲਗੀਧਰ ਬੜੂ ਸਾਹਿਬ ਦੇ ਨੇ ਉਹਨਾਂ ਨੇ ਇਹ ਜਿਹੜਾ ਜੁਨੀਵਰਸਿਟੀਆਂ ਤੇ ਸਕੂਲਜ਼ ਦੇ ਪ੍ਰੋਗਰਾਮ ਖੋਲਿਆ ਹੋਇਆ ਇਹ ਬਹੁਤ ਹੀ ਸਲਾਜਾ ਸਲਾਗਾ ਯੋਗ ਹੈ ਜੀ ਤੇ ਇਸੇ ਕਰਕੇ ਕਰਕੇ ਬੱਚੇ ਜਿਹੜੇ ਪਿੰਡ ਦੇ ਬੱਚੇ ਆ ਉਹਨਾਂ ਨੂੰ ਬਹੁਤ ਬੱਚਿਆਂ ਨੂੰ এডੂਕੇਸ਼ਨ ਮਿਲ ਰਹੀ ਹੈ ਉਹਨਾਂ ਦੀ ਜ਼ਿੰਦਗੀ ਚੰਗੀ ਬਣ ਰਹੀ ਹੈ ਜਿਹੜਾ ਜਿਹੜਾ ਵੀ ਬੱਚਾ ਪੜ੍ਹੂਗਾ ਉਹ ਚੰਗਾ ਸਿਰਜਣ ਬਣੂਗਾ ਚੰਗੀ ਕਮਾਈ ਆਪਣੀ ਫੈਮਿਲੀ ਦੇਖਭਾਲ ਕਰੂਗਾ ਤੇ ਮੈਂ ਤਾਂ ਇਹ ਬਲੀਵ ਕਰਦਾ ਵੀ ਆ ਲੜਕੀਆਂ ਨੂੰ এডਿਕੇਸ਼ਨ ਦੇਣੀ ਜ਼ਰੂਰੀ ਆ ਪਰ ਉਸ ਤੋਂ ਜ਼ਿਆਦਾ ਵੀ ਇਹ ਜ਼ਰੂਰੀ ਆ ਕਿ ਲੜਕੀਆਂ ਨੂੰ এডਿਕੇਸ਼ਨ ਦਿੱਤੀ ਜਾਵੇ ਜਿਵੇਂ ਆਪਣੇ ਯੂ ਨੋ ਕੁਰਬਾਨੀ ਚ ਲਿਖਿਆ ਵਿਦਿਆ ਵਿਚਾਰੀ ਤੇ ਪਰਉਪਕਾਰੀ ਇਸ ਤੋਂ ਜ਼ਿਆਦਾ ਕੋਈ ਉਪਕਾਰ ਨਹੀਂ ਕਰ ਸਕਦਾ ਤੇ ਅਸੀਂ ਇਹ ਵੀ ਅਸੀਂ ਇਹ ਵੀ ਐਕਸਪੀਰੀਅੰਸ ਕੀਤਾ ਕਿ ਸਾਡੀਆਂ ਮਤਾਵਾਂ ਅਨਪੜ੍ਹ ਸੀ ਉਹ ਸਾਡੀਆਂ ਘਰਵਾਲੀਆਂ ਸਾਡੀਆਂ ਵਾਈਫਸ ਉਹ ਬੜੀਆਂ ਪੜੀਆਂ ਲਿਖੀਆਂ ਹੋਈਆਂ ਆ ਬੀ ਜਿਹੜਾ ਜਿਹੜਾ ਦੇਰ ਤੋਂ ਨੋ ਅਮ देयर ਇਸ ਨੋ ਕੰਪੈਰੀਸਨ ਵਟ ਪਰ ਇਜ਼ ਇਨ ਬਿਹੈਵਿੰਗ ਐਜੂਕੇਟਡ ਬੋਸੋਣਾ ਡਾਕਟਰ ਬੋਸੋਣਾ ਲੈਬ੍ਰੇਟ ਕਰ ਮੇਰਾ ਕੁਸਚਨ ਅਰ ਤੋਂ ਇਹ ਗੁਰੂ ਘਰ ਦੇ ਵਿੱਚ ਵੀ ਤੁਸੀਂ ਲੰਬੇ ਟਾਈਮ ਤੋਂ ਸੇਵਾ ਕਰ ਰਹੇ ਹੋ ਔਰ ਇੱਥੋਂ ਦੀ ਸੰਗਤ ਬੜੀ ਵੱਧ ਚੜ ਕੇ ਸੇਵਾ ਕਰ ਰਹੀ ਹੈ ਇਸ ਅਦਾਰੇ ਬਲ ਤਾਂ ਉਸ ਵਾਰੀ ਤੁਸੀਂ ਕੀ ਕਹਿਣਾ ਚਾਹੋਗੇ ਆ ਇਸ ਹੀ ਮੈਂ ਇੱਕ ਹੀ ਕਹੂੰਗਾ ਜੀ ਸਾਡੇ ਇੱਥੇ ਲੋਕਲ ਸਾਹਿਬ ਜੀ ਸਾਹਿਬ ਉਹਨਾਂ ਦਾ ਬੜਾ ਯੋਗਦਾਨ ਇਹਦੇ ਵਿੱਚ ਜਦੋਂ ਤੋਂ ਬਾਬਾ ਕਵਾਲ ਸਿੰਘ ਜੀ ਹੁਣੀ ਇੱਥੇ ਆਏ ਸੀਗੇ ਉਹਨਾਂ ਨੇ ਫੰਡ ਰਾਈਜ਼ਿੰਗ ਕੀਤਾ ਸੀ ਉਦੋਂ ਤੋਂ ਲੈ ਕੇ ਜਿੰਨਾ ਵੀ ਅਸੀਂ ਆਪਣੇ ਵੱੱਲ ਛੱਡ ਕੇ ਇਸ ਇਸ ਅਦਾਰੇ ਦੀ ਹੈਲਪ ਕਰ ਸਕਦੇ ਕਰ ਰਹੇ ਹਾਂ ਉਹ ਤੇ ਹੋਰ ਵੀ ਕਿਸੇ ਨੂੰ ਕਹਿ ਕੇ ਜੋ ਕਰਵਾ ਸਕਦੇ ਹਾਂ ਤੋਂ ਕਰਵਾ ਰਹੇ ਹਾਂ ਤੇ ਇਸੇ ਤਰ੍ਹਾਂ ਹੀ ਗੁਰੂ ਘਰ ਦੇ ਵਿੱਚ ਵੀ ਜੋ ਵੀ ਸੇਵਾ ਕਮੇਟੀ ਕਦੇ ਇਸ ਕੁਐਸ ਕਰਦੀ ਆ ਉਹ ਵੱਧ ਛੜ ਕੇ ਕੋਈ ਸੇਵਾ ਕਰੀ ਸੀ ਜੀ ਜੀ ਬਹੁਤ ਬਹੁਤ ਧੰਨਵਾਦ ਦੇਵਾਲ ਸਾਹਿਬ ਤੁਹਾਡਾ ਇਹ ਸੰਨ ਸੇਵਾ ਦਾ ਥੈਂਕ ਯੂ ਜੀ ਹਰਦਿਆਲ ਸਿੰਘ ਜੀ ਦੇਵਾਲ ਹੋਣਾ ਪਰ ਚੱਲਦੇ ਆ ਡਾਕਟਰ ਰਿਸ਼ਪਾਲ ਸਿੰਘ ਬਾਜਵਾ ਬਾਜਵਾ ਸਾਹਿਬ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਸਾਡੇ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਤੁਹਾਡੇ ਟਾਊਨ ਦੇ ਵਿੱਚ ਆ ਮੇਰਾ ਕੁਐਸਚਨ ਤੁਹਾਡੇ ਤੋਂ ਆ ਮੈਂ ਰੂਟ ਕਾਸ ਜਿਹੜੀ ਕੋਈ ਵੀ ਚੀਜ਼ ਸ਼ੁਰੂ ਹੁੰਦੀ ਜਿੱਥੋਂ ਮੈਂ ਉੱਥੇ ਜਾ ਰਿਹਾ ਆ ਤੁਹਾਡਾ ਜਿਹੜਾ ਪਿਛੋਕੜ ਆ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਜਿਹੜੇ ਸੀ ਉਹਨਾਂ ਦੇ ਪਿੰਡ ਦੇ ਕੋਲ ਤੁਹਾਡਾ ਪਿੰਡ ਆ ਉਸ ਤੋਂ ਬਾਅਦ ਤੁਸੀਂ ਹਰ ਸੈਗਮੈਂਟ ਹਰ ਪੜਾਅ ਬਾਈ ਪੜਾਅ ਇਸ ਅਦਾਰੇ ਨੂੰ ਵੱਧਦਾ ਦੇਖਿਆ ਆ ਆ ਜੰਦੇ ਹੁੰਦੇ ਹਨ ਕਿ ਜਿਹੜੇ ਮਹਾਪੁਰਸ਼ਾਂ ਦੀ ਇੱਕ ਅੱਖ ਦੇ ਵਿੱਚ ਹੀ ਰੱਖਿਆ ਹੁੰਦਾ ਸਭ ਕੁਝ ਕੀ ਉਹ ਐਡਾ ਵੱਡਾ ਵਿਜ਼ਨ ਲੈ ਕੇ ਤੁਰਦੇ ਤਾਂ ਅੱਜ ਮਾਨਮਤੀ ਜਿਹੜੀ ਮਾਨਮਤਾ ਆਦਾਰਾ ਹੈ ਕਿਹੜੀ ਬੁਲੰਦੀਆਂ ਨੂੰ ਛੋ ਰਿਆ ਮੇਰਾ ਕੁਐਸਚਨ ਇਹ ਹੈ ਕਿ ਤੁਸੀਂ ਮਹਾਪੁਰਸ਼ਾਂ ਦੇ ਦਰਸ਼ਨ ਕੀਤੇ ਹੋਣੇ ਔਰ ਉਸ ਤੋਂ ਬਾਅਦ ਸੈਕਿੰਡ ਤੇ ਹੁਣ ਸੰਤ ਬਾਬਾ ਇਕਬਾਲ ਸਿੰਘ ਜੀ ਇੰਨੀ ਵਡੇਰੀ ਆਯੂ ਦੇ ਵਿੱਚ ਵੀ ਆਪਦੀ ਸੇਵਾ ਬਖੂਬੀ ਨਿਭਾ ਰਹੇ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਸ ਤੋਂ ਬਾਅਦ ਆਦਾਰੇ ਦੀ ਐਜੂਕੇਸ਼ਨ ਵੱਲ ਚੱਲਾਂਗੇ ਆਪਾਂ ਹਾਂਜੀ ਗੁਰਲਾਲ ਜੀ ਧੰਨਵਾਦ ਤੁਹਾਡਾ ਤੇ ਜਸ ਪੰਜਾਬੀ ਟੀਵੀ ਦਾ ਕਿ ਸਾਡੇ ਸ਼ਹਿਰ ਚ ਆ ਕੇ ਸਾਡੇ ਪੈਨਲਿਸਟ ਨਾਲੇ ਮੌਕਾ ਮਿਲਿਆ ਜੀ ਦੇਖੋ ਜੀ ਸੰਗਰੂਰ ਡਿਸਟ੍ਰਿਕਟ ਅਸੀਂ ਤਾਂ ਉਹ ਇਲਾਕਾ ਸੀ ਬਹੁਤ ਪਛੜਿਆ ਇਲਾਕਾ ਸੀ ਜੀ ਪਰ ਮੈਂ ਤਾਂ ਉੱਥੇ ਦੇਖਿਆ ਰੇਤ ਦੇ ਟਿੱਬੇ ਕੱਖ ਵੀ ਨਹੀਂ ਚੰਦੇ ਹੁਣ ਤਾਂ ਚਲੋ ਫਸਲਾਂ ਬਹੁਤ ਕਿਰਪਾ ਸਾਡੇ ਏਰੀਆ ਤੇ ਪਰ ਇਹ ਬੜੀ ਵੱਡੀ ਦੇਣ ਹੈ ਔਰ ਸਾਡਾ ਸਾਰਾ ਡਿਸਟ੍ਰਿਕਟ ਰੇਣੀ ਹੈ ਔਰ ਜਿਵੇਂ ਜੋਲ ਸਾਹਿਬ ਨੇ ਪਹਿਲਾਂ ਕਿਹਾ ਬਾਬਾ ਜੀ ਨੇ ਉੱਥੇ ਜਿਹੜਾ ਪਹਿਲਾ ਕਾਲਜ ਖੋਲ੍ਹਿਆ ਕੁੜੀਆਂ ਵਾਸਤੇ ਔਮਨ এডਿਕੇਸ਼ਨ ਵਾਸਤੇ ਬਾਬਾ ਜੀ ਨੂੰ ਤਾਂ ਬਹੁਤ ਉਦੋਂ ਬਹੁਤ ਛੋਟੇ ਸੀ ਜਦੋਂ ਕਿਤੇ ਦੇਖਿਆ ਪਰ ਆਪਣੇ ਜਿਹੜੇ ਬਾਬਾ ਜੀ ਹੋਣਾ ਹੈ ਅਕਬਾਲ ਸਿੰਘ ਜੀ ਇੱਕ ਵਾਰ ਆਏ ਸੀ ਪਿਛਲੀ ਵਾਰੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਪਰ ਜਿਹੜੇ ਇਹਨਾਂ ਦੇ ਤੀਜੇ ਇਨ ਕਮਾਂਡ ਸੀ ਜਿਹੜੇ ਹੁਣ ਸਵਰਗਵਾਸੀ ਹੋ ਗਏ ਡਾਕਟਰ ਖੇਮ ਸਿੰਘ ਉਹਨਾਂ ਨਾਲ ਮੇਰਾ ਬਹੁਤ ਪੁਰਾਣਾ ਵਾਰ ਹੈ ਮੈਂ ਉਹਨਾਂ ਨੂੰ ਸੰਨ 65 ਦਾ ਜਾਣਨਾ ਉਹ এডਿਕੇਸ਼ਨ ਦੇ ਅਦਾਰੇ ਚ ਹਰ ਕੋਈ ਬੰਦਾ ਡਿਮਾਂਡ ਲੈ ਕੇ ਜਾਏ ਤਤ ਪਰ ਰਹਿਨੇ ਸੀ 1988 ਜਦੋਂ ਵੀਸੀ ਬਣੇ ਤੇ ਮੈਂ 92 ਚ ਗਿਆ ਜੀ ਉੱਥੇ ਮੇਰੀ ਡਾਕਟਰ ਡੀਐਮਸੀ ਪੜ੍ਹਦੀ ਸੀ ਮੈਂ ਵੈਟਰਨਰੀ ਗ੍ਰੈਜੂਏਟ ਆ 67 ਦਾ ਲੁਧਿਆਣਾ ਕਾਲਜes ਹਾਰ ਤੋਂ ਹਾਂ ਔਰ ਮੈਂ ਉਹਨਾਂ ਨੂੰ ਕਿਹਾ ਡਾਕਟਰ ਸਾਹਿਬ ਵੀ ਇਹ ਆਪਣੇ ਆਰੀਆ ਜਿਹੜੇ ਸਮਾਜ ਵਾਲੇ ਆ ਉੱਥੇ ਆਪਣਾ ਕਾਲਜ ਚੱਲਦਾ ਉਹ ਬੱਚਿਆਂ ਕੋਲੋਂ ਪੈਸੇ ਲੈਂਦੇ ਤੁਸੀਂ ਸਾਡੀ ਵੈਟਰਨਰੀ ਕਾਲਜ 'ਚ ਐਨਆਰਆਈ ਦਾ ਕੋਰਸ ਕੋਲੋ ਇਹ ਯਕੀਨ ਮੰਨਣ ਦੀ ਗੱਲ ਹੈ ਉਹਨਾਂ ਦੀ ਟਰਮ ਦਾ ਆਖਰੀ ਮਹੀਨਾ ਡੇਢ ਰਹਿੰਦਾ ਸੀ ਮੈਨੂੰ ਕਹਿੰਦੇ ਤੂੰ ਐਪਲੀਕੇਸ਼ਨ ਲਿਖ ਕੇ ਲਿਆ ਮੈਂ ਐਪਲੀਕੇਸ਼ਨ ਲਿਖ ਕੇ ਲਿਆਂਦੀ ਉਹ 93 'ਚ ਸਾਡਾ ਪ੍ਰੋਗਰਾਮ ਸ਼ੁਰੂ ਹੋ ਗਿਆ ਉਸ ਪ੍ਰੋਗਰਾਮ 'ਚੋਂ ਅੱਜ 500 ਪਲੱਸ ਵੈਟਰਨਰੀ ਡਾਕਟਰ ਗ੍ਰੈਜੂਏਟ ਹੋ ਗਏ ਮੈਨੂੰ ਲੱਗਦਾ ਉਹ ਸਾਰੇ ਐਨ ਆਰ ਆਈ ਸੀ ਮੋਸਟਲੀ ਅਮਰੀਕਾ 'ਚ ਜਾਂਦੇ ਸੀ ਅਗਰ ਉਹ ਮੇਰੀ ਅੱਜ ਗੱਲ ਸੁਣ ਰਹੇ ਆਂ ਤੇ ਉਹਨਾਂ ਨੂੰ ਇੱਕ ਬਹੁਤ ਵੱਡਾ ਯੋਗਦਾਨ ਪਾਉਣਾ ਚਾਹੀਦਾ ਹੈ ਬੜੂ ਸਾਹਿਬ ਵਾਸਤੇ ਕਿਉਂਕਿ ਇਹ ਉਹਨਾਂ ਦੀ ਖਾਸ਼ ਸੀ ਔਰ ਡਾਕਟਰ ਖੇਮ ਸਿੰਘ ਅਖੀਰਲੇ ਦਮ ਤੱਕ ਇਸ ادارے ਨਾਲ ਜੁੜੇ ਰਹੇ ਮੈਂ ਤੇ ਇਸ ਪ੍ਰੋਗਰਾਮ ਨੂੰ ਐਂ ਦੇਖਦਾ ਮੈਂ ਅੱਗੇ ਵੀ ਇੱਕ ਵਾਰੀ ਕਿਹਾ ਸੀ ਗਿਆਨੀ ਜਲ ਸਿੰਘ ਨੇ ਆਨੰਦਪੁਰ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਤੱਕ ਉਹ ਜਿਹੜਾ ਦਸ਼ਮੇਸ਼ ਮਾਰਗ ਬਣਾਇਆ ਜੀ ਉਹ ਉਹਨਾਂ ਨੇ ਲਿੰਕ ਕਰ ਦਿੱਤਾ ਸੜਕਾਂ ਨਾਲ ਵੀ ਲੋਕ ਦਰਸ਼ਨ ਕਰ ਸਕ ਪਰ ਇਹ ਜਿਹੜਾ ਬਾਬਾ ਜੀ ਨੇ ਵੀ ਕੰਮ ਕੀਤਾ ਇਹ ਉਹਨਾਂ ਨਾਲੋਂ ਕਿਤੇ ਜ਼ਿਆਦਾ ਇਹਨਾਂ ਨੇ ਲਾ ਕੇ ਆਨੰਦਪੁਰ ਤੋਂ ਇਹ ਜਿਹੜੀ ਇੱਥੇ ਆਪਣੀ ਯੂਨੀਵਰਸਿਟੀ ਬਣੀ ਹੈ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਕਹਿੰਦੇ ਆ ਉਹਨੂੰ ਇਹਨਾਂ ਨੇ ਲਿੰਕ ਕਰ ਦਿੱਤਾ ਇੰਸਟੀਚਿਊਸ਼ਨਸ ਨਾਲ ਛੋਟੇ ਛੋਟੇ ਸਕੂਲਾਂ ਨਾਲ ਫਿਰ ਇਹ ਪਿੰਡੂ ਇਲਾਕਿਆਂ ਦੇ ਵਿੱਚ ਇਹਦਾ ਵਿਸਤਾਰ ਹੋਇਆ ਅਰੇ ਬੜੀਏ ਇੱਕ ਹੋਲਿਸਟਿਕ এডਿਕੇਸ਼ਨ ਦਾ ਸਿਸਟਮ ਹੈ ਬੱਚਿਆਂ ਨੂੰ ਪੜਾਈ ਦਿੱਤੀ ਜਾਂਦੀ ਹੈ ਤਕਨੀਕੀ ਵਿੱਦਿਆ ਦਿੱਤੀ ਜਾਂਦੀ ਹੈ ਉਹਦੇ ਤੋਂ ਉੱਤੇ ਇੱਕ ਸੋਸਾਇਟੀ ਦੇ ਬਹੁਤ ਚੰਗੇ ਇਨਸਾਨ ਉਹਨਾਂ ਨੂੰ ਬਣਨ ਦਾ ਇੱਥੇ ਮੌਕਾ ਮਿਲਦਾ ਹੈ ਅਗਰ ਉਹ ਵੇਖੋ ਹੁਣ ਜਿਵੇਂ 70000 ਬੱਚੇ ਹਨ ਅਗਰ 70000 ਬੱਚੇ ਅੱਜ ਉੱਥੇ ਪੜ੍ਹਦੇ ਆਂ ਤੇ ਟਾਈਮ ਆਏਗਾ 70000 ਗ੍ਰੈਜੂਏਟ ਹੋ ਕੇ ਇਹ ਸਾਡੀ ਸੁਸਾਇਟੀ ਦੇ ਵਿੱਚ ਵੀ ਜਾਣਗੇ ਜੀ ਔਰ ਜਦੋਂ 70000 ਬੱਚੇ ਪੜ੍ਹੇ ਲਿਖੇ ਔਰ ਜਿਨ੍ਹਾਂ ਨੂੰ ਸਮਾਜਿਕ ਜਿਹੜੀਆਂ ਅੱਜ ਇੰਨੀਆਂ ਸਾਡੇ ਚ ਕੁਰੀਤੀਆਂ ਆ ਗਈਆਂ ਡਰੱਗ ਦੀਆਂ ਸ਼ਰਾਬ ਦੀਆਂ ਇਹ ਬੱਚੇ ਉਹ ਤੋਂ ਰਹਿਤ ਹੋਣਗੇ ਇਹ ਆਪਣੇ ਮਾਤਾ ਪਿਤਾ ਨੂੰ ਆਪਣੇ ਪਿੰਡ ਦੇ ਵਸਨੀਕਾਂ ਨੂੰ ਆਪਣੇ ਹੋਰ ਸਹਾਇਕਾਂ ਨੂੰ ਇਸ ਪਾਸੇ ਲਾਉਣਗੇ ਸੋ ਇੱਕ ਬਹੁਤ ਹੀ ਵੱਡਾ ਉਪਰਾਲਾ ਇਹਨੂੰ ਬਿਆਨ ਉਹੀ ਬੰਦਾ ਕਰ ਸਕਦਾ ਜਿਨੇ এডਿਕੇਸ਼ਨ ਨੂੰ ਗਰੋ ਹੁੰਦੇ ਦੇਖਿਆ ਔਰ ਜਦੋਂ ਉਥੇ এডਿਕੇਸ਼ਨ ਨਹੀਂ ਸੀਗੀ ਮੈਂ 1950 ਪ੍ਰਾਇਮਰੀ ਸਕੂਲ ਵਰਤੀ ਹੋਇਆ ਸੀ ਔਰ ਬੜੀ ਉਦੋਂ ਰੇਅਰ এডਿਕੇਸ਼ਨ ਸੀਗੀ ਸਾਡੇ ਵਾਲੇ ਪਿੰਡ ਦੇ ਚੋਂ ਉਸ ਇਲਾਕੇ ਚ ਪ੍ਰਾਇਮਰੀ ਸਕੂਲ ਵੀ ਦੂਜੇ ਤੀਜੇ ਪਿੰਡ ਚ ਲੱਭਦਾ ਸੀ ਡਾਕਟਰ ਸਾਹਿਬ ਇੱਕ ਤੁਸੀਂ ਐਲੈਬਰੇਟ ਬਹੁਤ ਸੋਹਣਾ ਕੀਤਾ ਕੀ ਐ ਸੋਪਾ ਕਿੱਥੋਂ ਸ਼ੁਰੂ ਹੋਇਆ ਤੇ ਕੀ ਕੀ ਕਿਨਾ ਕਿਨਾ ਲੋਕਾਂ ਨੇ ਕੀਤਾ ਤੇ ਦੇਖੋ ਪਹੁੰਚੀਆਂ ਸਖਸ਼ੀਤਾ ਹੁੰਨੀ ਹੈ ਕਿਉਂਕਿ ਐਡਾ ਵੱਡਾ ਵਿਜ਼ਨ ਲੈ ਕੇ ਚੱਲਣਾ ਆਮ ਬੰਦੇ ਦੀ ਗੱਲ ਨਹੀਂ ਹੁੰਦੀ ਡਾਕਟਰ ਸਾਹਿਬ ਲਾਸਟ ਕੁਐਸਚਨ ਅ ਕੁਇਕ ਬ੍ਰੇਕ ਤੋਂ ਬਾਅਦ ਫਿਰ ਆਪਣੇ ਨਵੇਂ ਪੈਨਲਿਸਟ ਜੁੜਨਗੇ ਆਪਣੇ ਨਾਲ ਆ ਮੈਂ ਤੁਹਾਨੂੰ ਇਹ ਕੁਐਸਚਨ ਤਾਂ ਪੁੱਛ ਰਿਹਾ ਕਿਉਂਕਿ ਤੁਸੀਂ ਲਗਾਤਾਰ ਜੁੜੇ ਹੋਏ ਹੋ ਇੰਡੀਆ ਨਾਲ ਵੀ ਇੱਥੇ ਵੀ ਤੇ ਸਦਾਰੇ ਨਾਲ ਵੀ ਡੀ ਡੀ ਐਡਿਕਸ਼ਨ ਸੈਂਟਰ ਜਿਹੜੇ ਖੁੱਲੇ ਹੋਏ ਸਦਾਰੇ ਵੱਲੋਂ ਉਹਦਾ ਪੰਜਾਬ ਦੇ ਵਿੱਚ ਕਿੰਨਾ ਅਸਰ ਕਿੰਨਾ ਸੁਧਾਰ ਤੁਸੀਂ ਦੇਖ ਰਹੇ ਹੋ ਦੇਖੋ ਜੀ ਜਦੋਂ ਵੀ ਕੋਈ ਅਦਾਰਾ ਖੁੱਲਦਾ ਹੈ ਜੀ ਅਰੇ ਦੀ ਲੋਡ ਤਾਂ ਉਥੇ ਬਹੁਤ ਜ਼ਿਆਦਾ ਹਾਂ ਹਾਂ ਔਰ ਇਹਦੇ ਨਾਲ ਫਾਇਦਾ ਵੀ ਲੋਕਾਂ ਨੂੰ ਬਹੁਤ ਹੋਇਆ ਜੀ ਅਗਰ ਉਹ ਕਿਸੇ ਅਕੈਡਮੀ ਵੱਲੋਂ ਆ ਕਿਸੇ ਡਾਕਟਰ ਵੱਲੋਂ ਆ ਕਿਸੇ ਪ੍ਰਾਈਵੇਟ ਅ ਅਦਾਰੇ ਵੱਲੋਂ ਆ ਪਰ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੈਸੇਜ ਹੈ ਜੇ ਇਹਨੂੰ ਬੰਦ ਕਰਨਾ ਉਹ ਜਿਹੜੇ ਲੋਕ ਵੇਚਦੇ ਆ ਨਾ ਇਹਨੂੰ ਹਾਂ ਹਾਂ ਮੇਰੀ ਤਾਂ ਉਹਨਾਂ ਨੂੰ ਬੇਨਤੀ ਹੈ ਵੀ ਇਹ ਇੱਕ ਤੁਸੀਂ ਪੁਆਇਜ਼ਨ ਬੱਚਿਆਂ ਨੂੰ ਦੇ ਰਹੇ ਜੇ ਜੇ ਤੁਸੀਂ ਪੈਸੇ ਬਣਾਉਨੇ ਆ ਹੋਰ ਬਹੁਤ ਕੰਮ ਹੈ ਚੰਗੇ ਕੰਮ ਕਰੋ ਇਹ ਬੱਚਿਆਂ ਨੂੰ ਨੌਕਰੀ ਲਾਓ ਇਹਨਾਂ ਨੂੰ ਸਸਤੀ ਲੇਬਰ ਤੇ ਰੱਖ ਕੇ ਇਹਨਾਂ ਕੋਲੋਂ ਤੁਸੀਂ ਕੋਈ ਪ੍ਰੋਡਕਟ ਬਣਵਾ ਲਓ ਪਰ ਇਹਨਾਂ ਨੂੰ ਡਰੱਗ ਵੇਚ ਕੇ ਨਾ ਮਾਰੋ ਕਿਉਂਕਿ ਜਿਹੜਾ ਤੁਸੀਂ ਪੈਸਾ ਬਣਾਉਂਦੇ ਜੇ ਉਹ ਸਾਡੀ ਸੁਸਾਇਟੀ ਵਾਸਤੇ ਉਹ ਤੁਸੀਂ ਜ਼ਹਿਰ ਵੇਚਦੇ ਜੇ ਪਲੀਜ਼ ਕੋਈ ਵੀ ਸੁਣਦਾ ਹੋਵੇ ਪੁਲਿਸਮੈਨ ਹੈ ਪੋਲੀਟੀਸ਼ੀਅਨ ਹੈ ਮਨਿਸਟਰ ਹੈ ਕੋਈ ਸਾਡੇ ਵਰਗਾ ਬੰਦਾ ਜਿਹੜਾ ਵੇਚਦਾ ਹੈ ਪਲੀਜ਼ ਇਸ ਕੰਮ ਨੂੰ ਬੰਦ ਕਰੋ ਮੇਰੀ ਤਾਂ ਇਹੀ ਹੈ ਜੀ ਜੀ ਆ ਡਾਕਟਰ ਬਾਜਵਾ ਸਰਦਾਰ ਹਰਦਿਆਲ ਸਿੰਘ ਦਿਓਰ ਤੁਹਾਡਾ ਬੋਤ ਬੋਤ ਧੰਨਵਾਦ ਤੁਸੀਂ ਧੰਨਵਾਦ ਫੇਰ ਵਧਾਈ ਦੇ ਪਾਤਰੋਂ ਕਿ ਐਸ ਤੁਹਾਡੇ ਲੋਕਲ ਗੁਰੂ ਘਰ ਤੋਂ ਬਹੁਤ ਵੱਡੀ ਸੇਵਾ ਜਿਹੜੀ ਐਸ ਕਲਗੀਧਰ ٹرسٹ ਬੜੂ ਸਾਹਿਬ ਨੂੰ ਜਾ ਰਹੀ ਹੈ ਅ ਅਰਦਾਸ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਐਸੇ ਗੁਰੂ ਘਰ ਦੀ ਸੇਵਾ ਤੇ ਨਾਲ ਐਸ ادارے ਦੀ ਵੀ ਸੇਵਾ ਕਰਦੇ ਰਹੋ ਦਰਸ਼ਕੋ ਇਹ ਹਨ ਡਾਕਟਰ ਈਸ਼ਪਾਲ ਸਿੰਘ ਬਾਜਵਾ ਹਰਦੇਵ ਸਿੰਘ ਦਿਓਲ ਜਿਹੜੇ ਕੀ ਸੇਵਾਦਾਰ ਨੇ ਐਸ ਗੁਰੂ ਘਰ ਦੇ ਵਿੱਚ ਇਸ ادارے ਲਈ ਵੀ ਬਹੁਤ ਕੁਝ ਕਰ ਰਹੇ ਨੇ ਸਾਡੇ ਨਾਲ ਜੁੜੇ ਇਹਨਾਂ ਦਾ ਧੰਨਵਾਦ ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜੀ ਬ੍ਰੇਕ ਲਈ ਇੱਧਰ ਬਣੇ ਰਹੋ ਜਸ ਪੰਜਾਬੀ ਤੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਜਸ ਪੰਜਾਬੀ ਤੇ ਮੈਂ ਗੁਰਲਾਲ ਅੱਜ ਸਪੈਸ਼ਲ ਪ੍ਰੋਗਰਾਮ ਲੈ ਕੇ ਆਇਆ ਹਾਂ ਅੱਜ ਆਫਸਰ ਬਿਫੋਰ ਕੀ ਅ ਸਿੱਖ ਰਿਲੀਜੀਅਸ ਸੋਸਾਇਟੀ ਗੁਰਦੁਆਰਾ ਸਾਹਿਬ ਪੈਲੇਟਾਈਨ ਐਲਾਨੋਇਦਾ ਵਿੱਚ ਬੜੂ ਸਾਹਿਬ ਜਿਹੜਾ ਕਲਗੀਟਰ ਟ੍ਰਸਟ ਆ ਉਹਨਾਂ ਦੀ ਪੂਰੀ ਟੀਮ ਇੱਥੇ ਆਈ ਹੋਈ ਔਰ ਅਸੀਂ ਆਪਦੇ ਆਪ ਨੂੰ ਬੜਾ ਸੁਭਾਗਸ਼ਾਲੀ ਸਮਝਦੇ ਹਾਂ ਜਸਟੀਵੀ ਵਾਲੇ ਕਿ ਅਸੀਂ ਉਸ ਟੀਮ ਦੇ ਨਾਲ ਇੱਥੇ ਜੁੜੇ ਹੋਏ ਇੱਕ ਸਪੈਸ਼ਲ ਪ੍ਰੋਗਰਾਮ ਦੇ ਵਾਸਤੇ ਲਾਸਟ ਸੈਗਮੈਂਟ ਹੈ ਤੇ ਜਿਹੜੇ ਐਸ ਅਜ਼ਾਰੇ ਦੇ ਮੁੱਖ ਸੇਵਾਦਾਰ ਰਹੇ ਚਾਹੋ ਪੂਰੇ ਯੂਐਸ ਨੇ ਚਾਰਜ ਹੋਣ ਜਾਂ ਉਸ ਤੋਂ ਸੈਕੰਡ ਇਨ ਕਮਾਂਡ ਹੋਣ ਜਾਂ ਕਿਦਾਂ ਇੱਕ ਦੂਜੇ ਵਾਇਸ ਵਰਸਲ ਆ ਲਈਏ ਸਰਨਾਵ ਬਣੇ ਹੋਏ ਨੇ ਆ ਸਵਾਗਤ ਕਰਦੇ ਸਰਦਾਰ ਜਸਪਾਲ ਸਿੰਘ ਸਿੱਧੂ ਜੋ ਕਿ ਬਕਾਇਦਾ ਸੈਕਰਮੈਂਟੋ ਕੈਲੀਫੋਰਨੀਆ ਤੋਂ ਇੱਥੇ ਉੱਚੇ ਤੌਰ ਤੇ ਆਏ ਹੋਏ ਨੇ ਸਪੈਸ਼ਲ ਪ੍ਰੋਗਰਾਮ ਚ ਭਾਗ ਲੈਣ ਵਾਸਤੇ ਤੇ ਇਸ ਯੂਐਸਸੀ ਦੀ ਸਾਰੇ ਦਿਨ ਚਾਰ ਸਾਡੀ ਮਾਣਯੋਗ ਭੈਣ ਰਵੀਦੀਪ ਕੌਰ ਮੁਕਤਾ ਵੀ ਉੱਚੇ ਤੌਰ ਤੇ ਟੈਕਸਸ ਤੋਂ ਇੱਥੇ ਆਏ ਹੋਏ ਨੇ ਦੋਨਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਾਈ ਕੁਜੀ ਦਾ ਖਾਲਸਾ ਬਾਈ ਕੁਜੀ ਕੀ ਫਤਿਹ ਅ ਬਾਬਾ ਜੀ ਨੇ ਕਿਹਾ ਕਿ ਵਿੱਚ ਦੁਨੀਆ ਸੇਵ ਕਮਾਈ ਤਾਂ ਦਰਗੇ ਵੈਸਨ ਪਾਈਏ ਤੁਸੀਂ ਉਸ ਕਹਿਣ ਦੇ ਮੁਕਾਬਕ ਆਪਦੇ ਆਪ ਨੂੰ ਪੂਰਾ ਟਾਲ ਰਹੇ ਹੋ ਦੋਨਾਂ ਜਾਣੇ ਜਿੱਥੋਂ ਤੱਕ ਮੈਂ ਨੋਟ ਕੀਤਾ ਮੇਰਾ ਕੁਐਸਚਨ ਸਿੱਧੂ ਸਾਹਿਬ ਤੁਹਾਡੇ ਤੋਂ ਹੈ ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤਰੋਂ ਕਿ ਆਪਦਾ ਕੰਮਕਾਰ ਛੱਡ ਕੇ ਇਸ ਅਦਾਰੇ ਵਾਸਤੇ ਤੁਸੀਂ ਟਾਈਮ ਵੀ ਕੱਢਦੇ ਹੋ ਕੋਣੋਂ ਆਪ ਦੀ ਸੇਵਾ ਵੀ ਪਾਉਣੇ ਹੋ ਉਸ ਤੋਂ ਸਰ ਤੋਂ ਵੱਡੀ ਸੇਵਾ ਹੁੰਦੀ ਕਿ ਸੰਗਤ ਦੇ ਵਿੱਚੋਂ ਜਾ ਕੇ ਸੇਵਾ ਲੈ ਕੇ ਆਉਣੀ ਆ ਮੈਂ ਸਾਰੇ ਡੈਲੀਗੇਸ਼ਨ ਜਿਹੜੇ ਇੱਥੇ ਪੈਨਲਿਸਟ ਬੈਠੇ ਸੀ ਬੜਾ ਚੰਗੇ ਤਰੀਕੇ ਨਾਲ ਉਹਨਾਂ ਨੇ ਲਾਇਬਰੇਟ ਕੀਤਾ ਕਿ ਆ ਕੁਝ ਹੋ ਰਿਹਾ ਕੁਝ ਹੁਣ ਆਪਾਂ ਦੀਪ ਜਾਨੇ ਦੇ ਵਿੱਚ ਫਾਈਨੈਂਸ਼ੀਅਲ ਸਿਚੁਏਸ਼ਨ ਇਸ ادارے ਦੀ ਇਸ ਟਾਈਮ ਕਿਦਾਂ ਆ ਜੇ ਆਪਾਂ ਗੱਲ ਕਰੀਏ 10 ਤੋਂ ਪਾਰ 15000 ਡਾਲਰ ਇੱਕ ਕਮਰੇ ਦਾ ਖਰਚਾ ਆਉਂਦਾ ਹੈ ਇਸ ਟਾਈਮ 70000 ਬੱਚਾ ਆ ਤੇ ਬਾਕੀ ਸਟਾਫ ਵੀ ਹੋਊਗਾ ਡਾਕਟਰ ਵੀ ਹੋਣਗੇ ਹੋਰ ਕਈ ਤਰ੍ਹਾਂ ਦੇ ਕਰਮਚਾਰੀ ਵੀ ਉੱਥੇ ਹੁੰਦੇ ਆ ਤੁਸੀਂ ਦੱਸੋ ਕਿ ਹੋਰ ਕਮਰਿਆਂ ਦੀ ਜ਼ਰੂਰਤ ਹੈ ਇਸ ਟਾਈਮ ਜਿਹੜਾ ਫਾਈਨੈਂਸ ਦੀ ਜਿਹੜੀ ਸਿਚੁਏਸ਼ਨ ਹੈ ਉਸ ادارے ਵਿੱਚ ਆਪਾਂ ਕਿੱਥੇ ਕਿ ਖੜੇ ਹਾਂ ਹਾਂਜੀ ਥੈਂਕ ਯੂ ਪੰਜ ਸਾਹਿਬ ਜੀ ਕੇ ਸਭ ਤੋਂ ਪਹਿਲਾਂ ਸੀ ਧੰਨਵਾਦੀਆਂ ਜਸਟਿਸ ਟੀਵੀ ਦੇ ਜਿਹੜੇ ਕਿ ਸਾਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਹਰ ਇੱਕ ਸਾਡੇ ਬਹੁਤ ਸਾਰੇ ਪ੍ਰੋਗਰਾਮਸ ਨੂੰ ਮਤਲਬ ਕਿ ਕਵਰ ਕਰਦੇ ਨੇ ਜਿਨ੍ਹਾਂ ਦੇ ਰਾਹੀਂ ਇਹ ਜਿਹੜੀ ਸੰਗਤਾਂ ਦੇ ਰੂਬਰੂ ਹੋ ਕੇ ਅਸੀਂ ਇਹ ਆਪਣੀ ਜਿਹੜੇ ਹੈ ਬਲੂ ਸਾਡੇ ਚੱਲ ਰਹੇ ਪ੍ਰੋਗਰਾਮਾਂ ਬਾਰੇ ਉਹਨਾਂ ਨੂੰ ਅਸੀਂ ਜਾਣ ਪਛਾਣ ਉਹਨਾਂ ਦੇ ਨਾਲ ਕਰਾਉਣੇ ਆ ਅਕਚੁਅਲੀ ਜੀ ਕਿ ਇਹ 2007 ਤੱਕ ਬਾਬਾ ਜੀ ਦੀ ਵਿਜਨ ਸੀ ਕਿ ਅਸੀਂ ਪੰਜਾਬ ਨੂੰ ਐਜੂਕੇਸ਼ਨ ਦੇ ਨਾਮ ਸੈਚੂਰੇਟ ਕਰਨਾ ਹੈ ਜੀ ਔਰ ਉਸ ਵਿਜਨ ਨੂੰ ਲੈ ਕੇ ਉਹ ਉਹ ਤੱਕ ਸਕੂਲਸ ਹਜੇ ਪਹਿਲਾਂ 26 ਸਕੂਲ ਸੀ ਉਸ ਤੋਂ ਬਾਅਦ 26 ਸਕੂਲਾਂ ਤੋਂ ਫਿਰ ਮਿਸ਼ਨ ਅੱਗੇ ਚੱਲਿਆ ਹੁਣ ਤੁਹਾਨੂੰ ਪਤਾ ਕਿ 130 ਸਕੂਲ ਹੋ ਗਏ ਨੇ 129 30 29 ਸਕੂਲਾਂ ਤੋਂ ਬਾਅਦ ਜਾ ਕੇ ਇੱਕ ਵਾਰੀ ਬ੍ਰੇਕ ਲਾਉਣੀ ਪਈ ਏ ادارے ਨੂੰ ਕਿਉਂਕਿ ਬਾਬਾ ਜੀ ਦਾ ਮਿਸ਼ਨ ਸੀ 500 ਸਕੂਲ ਤੱਕ ਲੈ ਕੇ ਜਾਣ ਦਾ ਜੀ ਪਰ ਬ੍ਰੇਕ ਇਸ ਕਰਕੇ ਲਾਉਣੀ ਪਈ ਕਿ ਵਿੱਚ ਬਾਬਾ ਜੀ ਨੇ ਸ਼ੁਰੂ ਕੀਤਾ ਜੁਨੀਵਰਸਿਟੀ ਦਾ ਪ੍ਰੋਗਰਾਮ ਕਿ ਉਥੋਂ ਜਿਹੜਾ ਬਾਬਾ ਜੀ ਦਾ ਬਹੁਤ ਚੜਦਾਇ ਵਿਚਾਰ ਸੀ ਕਿ ਤਾਂ ਸ੍ਰੀ ਪਾਤਸ਼ਾਹ ਦੇ ਬਚਨ ਹੋਏ ਨੇ ਦਮਦਮਾ ਸਾਹਿਬ ਦੀ ਧਰਤੀ ਨੂੰ ਕਿ ਉੱਥੋਂ ਜੋ ਗੁਰਬਾਣੀ ਦਾ ਪ੍ਰਚਾਰ ਜਾਂ ਗੁਰਬਾਣੀ ਦੀ ਬਾਰੇ ਲਰਨਰ ਲਰਨਿੰਗ ਜਿਹੜੀ ਹੈਗੀ ਆ ਉੱਥੋਂ ਗੁਰਬਾਣੀ ਦੀ ਲਰਨਿੰਗ ਗੁਰੂ ਸਾਹਿਬ ਦੇ ਬਚਨ ਹੋਏ ਹੋਏ ਨੇ ਉਸ ਧਰਤੀ ਨੂੰ ਕਿ ਉੱਥੋਂ ਆ ਕੇ ਦੁਨੀਆ ਭਰ ਦੇ ਲੋਕ ਜਿਹੜੇ ਗੁਰਬਾਣੀ ਬਾਰੇ ਲਰਨ ਕਰਨਗੇ ਕਿਉਂਕਿ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਉਸ ਧਰਤੀ ਤੇ ਬੈਠ ਕੇ ਸੋ ਇਹ ਉਸ ਜਦੋਂ ਉੱਥੇ ਬਾਬਾ ਮਿੱਠਾ ਸਿੰਘ ਸੀ ਜਿਨ੍ਹਾਂ ਨੇ 38 ਏਕੜ ਜ਼ਮੀਨ ਜਿਹੜੀ ਹੈ ਇਸ ਯੂਨੀਵਰਸਿਟੀ ਵਾਸਤੇ ਡੋਨੇਟ ਕੀਤੀ ਨੌਂਦਮਾ ਸਾਹਿਬ ਦੇ ਵਿੱਚ ਔਰ ਫਿਰ ਇਮੀਡੀਏਟਲੀ ਸੰਸਥਾ ਨੂੰ ਸੀ ਕਿ ਵੀ ਅਸੀਂ ਇਮੀਡੀਏਟਲੀ ਜੁਨੀਵਰਸਿਟੀ ਜਿਹੜੀ ਹੈ ਸਟੈਬਲਿਸ਼ ਕਰਨੀ ਹੈ 2014 ਦੇ ਵਿੱਚ ਇਹ ਜੁਨੀਵਰਸਿਟੀ ਦੀ ਕੰਸਟਰਕਸ਼ਨ ਸ਼ੁਰੂ ਹੋਈ ਔਰ ਬਹੁਤ ਬਰਦਾ ਫੰਡ ਦੀ ਜ਼ਰੂਰਤ ਸੀ 6 ਲੱਖ ਸਕਰ ਫੁੱਟ ਦਾ ਏਰੀਆ ਜਿਹੜੀ ਰਿਕੁਆਇਰਮੈਂਟ ਸੀ ਮਿਨੀਮਮ ਪੂਰੀ ਕਰਨ ਦੇ ਜੁਨੀਵਰਸਿਟੀ ਦਾ ਸਟੇਟਸ ਲੈਣ ਵਾਸਤੇ ਉਹਦੇ ਵਿੱਚ ਲੈਬਸ ਬਣੀਆਂ ਸੀ ਉਹਦੇ ਵਿੱਚ ਸਾਰੇ ਆਫੀਸਰਸ ਬਣਨੇ ਸੀ ਹੋਸਟਲਸ ਬਣਨੇ ਸੀ ਜਾਂ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਸੀ 6 ਲੱਖ ਸਕਰ ਫੁੱਟ ਦਾ ਜੀ 18 ਮਨთ ਦੇ ਵਿੱਚ ਸੰਸਥਾ ਨੇ ਪੂਰਾ ਕੀਤਾ ਜੀ 20 2015 ਦੇ ਵਿੱਚ ਇਹ ਯੂਨੀਵਰਸਿਟੀ ਜਿਹੜੀ ਹੈ ਸਟੇਟਸ ਯੂਨੀਵਰਸਿਟੀ ਨੂੰ ਮਿਲ ਗਿਆ ਸੀ ਔਰ 2015 ਜੁਲਾਈ ਦੇ ਵਿੱਚ ਕਲਾਸਿਸ ਸ਼ੁਰੂ ਹੋ ਗਈਆਂ ਸੀ ਜੀ 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 ਔਰ ਉਹਦੇ ਲਈ ਕਿਉਂਕਿ ਜੇ ਆਪਾਂ ਉਹਦੇ ਦੀ ਸੰਗਤਾਂ ਤੋਂ ਵੇਟ ਕਰਦੇ ਵੀ ਐਨਾ ਪੈਸਾ ਆਏਗਾ ਤਾਂ ਉਹ ਬਹੁਤ ਸਾਰਾ ਸਮਾਂ ਲੱਗਣਾ ਸੀ ਇੰਨੀ ਇਮੀਡੀਏਟਲੀ ਕੰਮ ਨਹੀਂ ਸੀ ਹੋ ਸਕਦਾ ਸੋ ਸੰਸਥਾ ਨੇ ਇਹ ਡਿਸੀਜਨ ਬਣਾਇਆ ਸੀ ਉਦੋਂ 100 ਕਰੋੜ ਰੁਪਏ ਦਾ ਇਮੀਡੀਏਟਲੀ ਕਰਜ਼ਾ ਚੱਕ ਕੇ ਬੈਂਕਾਂ ਤੋਂ ਇਹ ਯੂਨੀਵਰਸਿਟੀ ਦਾ ਪ੍ਰੋਜੈਕਟ ਜਿਹੜਾ ਹੈ ਸ਼ੁਰੂ ਕੀਤਾ ਸੀ ਔਰ ਉਹ ਇੰਨਾ ਵੱਡਾ ਇੱਕ ਫਾਈਨੈਂਸ਼ੀਅਲ ਇੱਕ ਤਰੀਕੇ ਨਾਲ ਲਾਇਬਿਲਟੀ ਬਣ ਗਈ ਸੀ ਸੰਸਥਾ ਦੇ ਉੱਤੇ ਤੇ ਉਸ ਲਾਇਬਿਲਟੀ ਦੇ ਕਰਕੇ ਜਿਹੜੇ ਸਕੂਲਾਂ ਦੇ ਪ੍ਰੋਜੈਕਟ ਉਹ ਰੁਕਨੇ ਪਏ ਜੁਨੀਵਰਸਿਟੀ ਦਾ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਉਸ ਤੋਂ ਬਾਅਦ ਫਿਰ ਨੈਕਸਟ ਜਿਹੜਾ ਮਿਸ਼ਨ ਸੀ ਵੀ ਉਸ ਕਰਜ਼ੇ ਨੂੰ ਕਿੰਨਾ ਕਿੱਦਾਂ ਘਟਾ ਕੀਤਾ ਜਾਵੇ ਫਿਰ ਜਿਵੇਂ ਜਿਵੇਂ ਸੰਗਤਾਂ ਦੀਆਂ ਡੋਨੇਸ਼ਨਸ ਆਉਂਦੀਆਂ ਸੀ ਉਹ ਹਰੇਕ ਸਾਲ ਜਿਹੜਾ ਹੈ ਉਸ ਜਿਹੜਾ ਉਹਦੀ ਪੇਮੈਂਟ ਦੇ ਵਿੱਚ ਕਰਜ਼ੇ ਨੂੰ ਘਟਕੀਦਾ ਜਾਂਦਾ ਸੀ ਹੁਣ ਉਹ ਜਿਹੜਾ ਕਰਜ਼ਾ ਹੈ ਇਸ ਟਾਈਮ ਘਟ ਕੇ 100 ਕਰੋੜ ਤੋਂ 27 ਕਰੋੜ ਤੱਕ ਆ ਗਿਆ ਹੈ ਸਿੱਧੂ ਸਾਹਿਬ ਉਸ ਤੋਂ ਅੱਗੇ ਤੁਸੀਂ ਕੀ ਕਹਿਣਾ ਚਾ ਰਹੇ ਸੀਗੇ ਇਸ ਫਿਗਰਸ ਬਾਰੇ ਹਾਂਜੀ ਮੈਂ ਇਹ ਦੱਸ ਰਿਹਾ ਸੀ ਕਿ ਸੰਗਤਾਂ ਦੇ ਉਪਰਾਲੇ ਦੇ ਨਾਲ

ਇਹ ਜਿਹੜਾ ਸਾਡਾ ਲੋਨ ਸੀ ਉਹ 100 ਕਰੋੜ ਤੋਂ ਘਟ ਕੇ ਹੁਣ 27 ਕਰੋੜ ਤੇ ਆ ਗਿਆ। ਸੰਸਥਾ ਦਾ ਮਿਸ਼ਨ ਤਾਂ ਇਹ ਚੱਲ ਰਿਹਾ ਸੀ ਵੀ ਅਸੀਂ ਕੋਸ਼ਿਸ਼ ਕਰੀਏ ਵੀ ਐਸ ਸਾਲ ਦੇ ਵਿੱਚ ਵਿੱਚ ਇਹ ਜਿਹੜਾ ਸਾਡਾ 27 ਕਰੋੜ ਦਾ ਵੀ ਕਰਜ਼ਾ ਹੈ ਵੀ ਅਸੀਂ ਉਹਨੂੰ ਪੇ ਆਫ ਕਰ ਦਈਏ। ਉਸ ਤੋਂ ਬਾਅਦ ਹੀ ਜਿਹੜੀ ਹੈਗੀ ਹੈ ਇਹ ਸੰਸਥਾ ਦੀ ਹੋਰ ਐਕਸਪੈਂਸ਼ਨ ਹੋ ਸਕਦੀ ਹੈ। ਹਰ ਇੱਕ ਸਾਲ ਸਾਨੂੰ ਆਉਂਦਾ ਆਦਰ ਹੈਂਡ ਸਾਈਡ ਕਿਉਂਕਿ 130 ਜਿਹੜੇ ਸਕੂਲ ਸਾਡੇ ਹੈਗੇ ਨੇ ਉਹਦੇ ਵਿੱਚੋਂ ਰਫਲੀ ਮਤਲਬ ਕਿ 50 ਸਕੂਲ ਹੈਗੇ ਨੇ ਜਿਹੜੇ 12ਵੀਂ ਤੱਕ ਪਹੁੰਚ ਚੁੱਕੇ ਨੇ। ਬਾਕੀ ਸਕੂਲਾਂ ਨੂੰ ਸਾਨੂੰ ਹਰ ਇੱਕ ਸਾਲ ਅਪਗ੍ਰੇਡ ਕਰਨਾ ਪੈਂਦਾ ਉਹਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਮੁਲਾਕੇ ਤਕਰੀਬਨ 200 ਕਮਰਾ ਸਾਨੂੰ ਹਰ ਸਾਲ ਬਣਾਉਣਾ ਪੈਂਦਾ ਸੋ ਉਸ ਕਮਰਿਆਂ ਦੀ ਵੀ ਸਾਡੀ ਮਤਲਬ ਉਦੋਂ ਅਸੀਂ ਸਟਾਪ ਨਹੀਂ ਕਰ ਸਕਦੇ ਅਸੀਂ ਨਵੇਂ ਸਕੂਲ ਬਣਾਉਣੇ ਦਾ ਸਟਾਪ ਕੀਤੇ ਹੋਏ ਨੇ ਪਰ ਉਹਨਾਂ ਨੂੰ ਸਟਾਪ ਨਹੀਂ ਕਰ ਸਕਦੇ ਸੋ ਇਸ ਕਰਕੇ ਸਾਨੂੰ ਉਹਨਾਂ ਦੇ ਵਿੱਚ ਵੀ ਸਾਨੂੰ ਮਾਇਦੀ ਜਰੂਰਤ ਹੁੰਦੀ ਹੈ ਬਾਕੀ ਸਕੂਲਾਂ ਦੀ ਮੇਨਟੇਨੈਂਸ ਵੀ ਹੁੰਦੀ ਹੈ ਬਾਕੀ ਸਕੂਲਾਂ ਦੇ ਜਿਹੜੇ ਡੇ ਟੂ ਡੇ ਖਰਚੇ ਹੈਗੇ ਨੇ ਉਹ ਵੀ ਹੈਗੇ ਨੇ ਟੀਚਰਸ ਹੈਗੇ ਨੇ 5000 ਵੱਧ ਜਿਹੜਾ ਹੈਗਾ ਸਟਾਫ ਹੈਗਾ ਸੋ ਉਹ ਜਿਹੜੇ ਬਹੁਤ ਸਾਰੇ ਪ੍ਰੋਗਰਾਮ ਹੈਗੇ ਬੜੂ ਸਾਡੀ ਆਰਗੇਨਾਈਜੇਸ਼ਨ ਕਰ ਰਹੀ ਹੈ ਡੀ ਐਡਿਕਸ਼ਨ ਦੇ ਵੀ ਪ੍ਰੋਗਰਾਮ ਚੱਲ ਰਹੇ ਨੇ ਉਹਦੇ ਵੀ ਤਿੰਨ ਸੈਂਟਰ ਖੁੱਲੇ ਹੋਏ ਨੇ ਇਸ ਤੋਂ ਇਲਾਵਾ ਜਿਹੜਾ ਮਤਲਬ ਕਿ ਔਮਨ ਇੰਪਾਵਰਮੈਂਟ ਦਾ ਜਿਹੜਾ ਪ੍ਰੋਗਰਾਮ ਹੈ ਜਿਹਦੇ ਵਿੱਚ ਟੀਚਰ ਟ੍ਰੇਨਿੰਗ ਕੀਤੀ ਜਾਂਦੀ ਹੈ ਉਹ ਵੀ ਪ੍ਰੋਗਰਾਮ ਚੱਲ ਰਹੇ ਨੇ ਸੋ ਉਹ ਸਾਰੇ ਪ੍ਰੋਗਰਾਮਾਂ ਦੇ ਉੱਤੇ ਵੀ ਬਹੁਤ ਸਾਰਾ ਖਰਚਾ ਹੁੰਦਾ ਉਹਨੂੰ ਵੀ ਖਿਆਲ ਵਿੱਚ ਰੱਖਣਾ ਪੈਂਦਾ ਸੋ ਇਸ ਕਰਕੇ ਅਸੀਂ ਬਹੁਤ ਸੰਗਤਾਂ ਦੇ ਧੰਨਵਾਦੀ ਆ ਸੰਗਤਾਂ ਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਪਿਛਲੇ 35 ਸਾਲਾਂ ਦੇ ਵਿੱਚ ਇਹ ਸੰਸਥਾ ਜਿਹੜੀ ਹੈਗੀ ਆ ਇੱਕ ਪੰਜ ਬੱਚਿਆਂ ਦੇ ਸਕੂਲ ਤੋਂ ਲੈ ਕੇ ਹੁਣ 70000 ਬੱਚਿਆਂ ਤੱਕ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਮੈਂ ਇਹ ਇਹ ਸ਼ੇਅਰ ਕਰਨਾ ਚਾਹਣਾ ਸੰਗਤਾਂ ਨਾਲ ਕਿ ਇੰਨੇ ਸਾਲਾਂ ਦੇ ਵਿੱਚ ਮੋਰ ਥੈਨ 46 ਲੱਖ ਸਕੁਅਰ ਫੁੱਟ ਏਰੀਆ ਜਿਹੜਾ ਹੈਗਾ ਉਹ ਬਣ ਚੁੱਕਿਆ ਹੈ ਸਕੂਲਾਂ ਦਾ ਜਸਟ ਸਕੂਲਾਂ ਦਾ ਆ ਮੈਂ ਪਿੱਛੇ ਜੇ ਫਿਗਰਸ ਤੁਸੀਂ ਗੱਲ ਕਰ ਰਹੇ ਹੋ 올 ਓਵਰ ਇੰਡੀਆ ਦੀ 올 ਓਵਰ ਇੰਡੀਆ ਦੀ ਹਾਂ ਜੀ ਦਸ਼ਕਾਂ ਨਾ ਕਲੀਅਰ ਕਰਦਾ ਕਿ 46 ਲੱਖ ਸਕੁਅਰ ਫੁੱਟ ਜਿਹੜੀ ਬਿਲਡਿੰਗਸ ਬਣ ਚੁੱਕੀ ਏਰੀਆ ਦੇ ਵਿੱਚ ਇਹ ਪੂਰੇ ਇੰਡੀਆ ਦੇ ਵਿੱਚ ਆਦਰ ਸਟੇਟਸ ਆਫ ਕੋਰਸ ਪੰਜਾਬ ਵਿੱਚ which is not including the badusa infrastructure ਬਾਕੀ which is not including the main campus in badusa ਉਹ ਤੋਂ ਮੈਡ ਸਿੱਧੂ ਸਾਹਿਬ ਵਕਤ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ ਮੇਰਾ ਕੁਐਸਚਨ ਦੁਬਾਰਾ ਦੁਬਾਰਾ ਤੁਹਾਡੇ ਤੋਂ ਫੇਰ ਆ ਰਿਹਾ ਸੀਗਾ ਕਿ ਆਪਾਂ ਇੱਕ ਬਹੁਤ ਵੱਡੀ ਮਹਾਮਾਰੀ ਤੋਂ ਉੱਭਰ ਕੇ ਬਾਹਰ ਆ ਰਹੇ ਹੱਲੇ ਪੂਰੀ ਤਰ੍ਹਾਂ ਨਹੀਂ ਕਿਸੇ ਨਾ ਕਿਸੇ ਰੂਪ ਚੋਂ ਫੇਰ ਮਹਾਮਾਰੀ ਆਪ ਦੇ ਆਪ ਨੂੰ ਫੇਰ ਉਭਾਰ ਕੇ ਅੱਗੇ ਲਿਆ ਰਹੀ ਹੈ ਜੀ ਸੰਗਠਨਾਂ ਦਾ ਜਿਹੜਾ ਸਹਿਯੋਗ ਆ ਆਫਕੋਰਸ 2019 ਤੋਂ ਪਹਿਲਾਂ ਬਹੁਤ ਹੋਊਗਾ ਫਿਰ ਘਟਿਆ ਹੋਊਗਾ ਕਿਉਂਕਿ ਕਾਰੋਬਾਰ ਵੀ ਸਲੋ ਹੋ ਗਏ ਹਰੇਕ ਬੰਦੇ ਨੇ ਆਪਦੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਮੈਨੇਜ ਕਰਕੇ ਅੱਗੇ ਜਾਣਾ ਹੁੰਦਾ ਤਾਂ ਹੁਣ 2021 ਦਾ ਐਂਡ ਆ ਗਿਆ ਕਾਫੀ ਲੋਕ ਉੱਬਰ ਕੇ ਬਿਜ਼ਨਸ ਵੀ ਦੁਆਰਾ ਆ ਗਏ ਹੁਣ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਸਹਿਯੋਗ ਸੰਗਤ ਕਰ ਰਹੀ ਹੈ ਇਸ ਟਾਈਮ ਸੰਗਤ ਨੇ ਜੀ ਬੜੂ ਸਾਹਿਬ ਨੂੰ ਹਮੇਸ਼ਾ ਹੀ ਸਹਿਯੋਗ ਦਿੱਤਾ ਜੀ ਔਰ 2019 ਦੇ ਵਿੱਚ ਡਾਕਟਰ ਦਵਿੰਦਰ ਸਿੰਘ ਜੀ ਸਪੈਸ਼ਲ ਵਿజిਟ ਕਰਨ ਆਏ ਸੀ ਇਹਨਾਂ ਦਿਨਾਂ ਦੇ ਵਿੱਚ ਉਦੋਂ ਸਾਨੂੰ ਬਹੁਤ ਸਾਰੇ ਫੰਡ ਸੰਗਤਾਂ ਨੇ ਦਿੱਤੇ ਸੀਗੇ ਉਸ ਤੋਂ ਇਲਾਵਾ ਹੁਣ 2020 ਦੇ ਵਿੱਚ ਜਦੋਂ ਸਾਨੂੰ ਮਤਲਬ ਕਿ ਅਸੀਂ ਸਾਰੇ ਆਨਲਾਈਨ ਪ੍ਰੋਗਰਾਮਸ ਕੀਤੇ ਡਾਕਟਰ ਦਵਿੰਦਰ ਸਿੰਘ ਜੀ ਡਾਕਟਰ ਨੀਗਮ ਜੀ ਉਹ ਸਾਰਿਆਂ ਨੇ ਆਨਲਾਈਨ ਇੰਡੀਆ ਤੋਂ ਜੁਆਇਨ ਕੀਤਾ ਤੇ ਜੱਜ ਟੀਵੀ ਦਾ ਉਹਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਰਿਹਾ ਤੇ ਹੁਣ 2021 ਆਇਆ ਤਾਂ ਹੁਣ ਅਸੀਂ ਜਦੋਂ ਤੋਂ ਹੁਣ ਪੈਂਡੈਮਿਕ ਥੋੜਾ ਜਿਹਾ ਘਟਿਆ ਤਾਂ ਅਸੀਂ ਗੁਰੂ ਘਰਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਹੁਣ ਵੀ ਅਸੀਂ ਜਿਹੜੇ ਵੀ ਗੁਰੂ ਘਰ ਜਾਂਦੇ ਆ ਇਸ ਤੋਂ ਪਿਛਲੇ ਪਿਛਲੀ ਵਾਰੀ ਅਸੀਂ ਰਿਵਰਸਾਈਡ ਗੁਰੂ ਘਰ ਗਏ ਸੀ ਫਰੀਮਾਉਂਡ ਦੇ ਗੁਰੂ ਘਰ ਗਏ ਸੀ ਕਲੀਵਲੈਂਡ ਗਏ ਸੀ ਅਸੀਂ ਜਿੱਥੇ ਵੀ ਜਾਂਦੇ ਆ ਸਾਨੂੰ ਬਹੁਤ ਨਿਗਾ ਜੀ ਅੋਗਦਾਨ ਸੰਗਤਾਂ ਪਾਉਂਦੀਆਂ ਨੇ ਅਸੀਂ ਸੰਗਤਾਂ ਦੇ ਬਹੁਤ 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 ਧੰਨਵਾਦੀਆਂ ਕਿ ਜਿਸ ਤਰੀਕੇ ਦੇ ਨਾਲ ਇਹ ਸੰਗਤਾਂ ਇਸ ਮਿਸ਼ਨ ਦੇ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਨੇ ਜੀ ਕੱਲੇ ਸੰਗਤਾਂ ਨਹੀਂ ਤੁਹਾਡਾ ਸੇਵਾਦਾਰਾਂ ਦਾ ਵੀ ਮੁੱਖ ਰੋਲ ਹੈ ਜਿਹੜੀ ਸੇਵਾ ਭਾਵਨਾ ਨੂੰ ਲੈ ਕੇ ਤੁਸੀਂ ਇਨੀ ਸਹਿਨਸ਼ੀਲਤਾ ਨਾਲ ਅੱਗੇ ਵਧ ਰਹੇ ਹੋ ਪਰਮਾਤਮਾ ਕਰੇ ਤੁਸੀਂ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੋ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਸੋਹਬ ਹੁਣ ਆਪਾਂ ਮੇਨ ਮੁੱਖ ਸੇਵਾਦਾਰ ਜਿਹੜੇ ਯੂਐਸਏ ਦੇ ਸਾਡੀ ਮਾਣਯੋਗ ਪੰਨ ਰਵੀਦੀਪ ਕੌਰ ਮੁਕਤਾ ਤੇ ਉਹਨੇ ਦਰਸ਼ਕੋ ਪੰਨ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਇਸ ਪੈਨਲ ਦੇ ਵਿੱਚ ਤੇ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਔਰ ਮੈਂ ਬੜਾ ਸੁਭਾਗੇਸ਼ਾਲੀ ਆ ਕੋਈ ਜਸ ਟੀਮ ਜਸ ਪੰਜਾਬੀ ਦੀ ਟੀਮ ਵੀ ਕਿ ਅਸੀਂ ਇਹੋ ਜੇ ਵੱਡੇ ਸੇਵਾਦਾਰਾਂ ਨੂੰ ਮਿਲ ਰਹੇ ਆ ਇਹੋ ਜੇ ਸ਼ਖਸੀਅਤਾਂ ਨਾਲ ਮਿਲ ਰਹੇ ਆ ਜਿਹੜੇ ਕਿ ਇਸ ادارے ਦੇ ਪ੍ਰਤੀ ਪੂਰੀ ਸਮਰਪਿਤ ਨੇ ਪੈਨ ਜੀ ਤੁਸੀਂ ਮੈਨੂੰ ਹੁਣ ਇਹ ਦੱਸੋ ਅਖੀਰ ਦੇ ਵਿੱਚ ਕਿ ਜਿਹੜੀ ਸੰਸਥਾ ਹੈ ਇਹ ਸੰਤ ਬਾਬਾ ਇਕਬਾਲ ਸਿੰਘ ਜੀ ਦੀ ਅਗਵਾਈ ਦੇ ਹੇਠ ਬਹੁਤ ਵਧੀਆ ਇੰਨੀ ਵੱਡੇਰੀ ਉਮਰ ਹੋਣ ਤੋਂ ਬਾਅਦ ਵੀ ਬਹੁਤ ਵਧੀਆ ਨਿਵੇਕਲੇ ਤਰੀਕੇ ਨਾਲ ਅੱਗੇ ਵੱਧ ਰਹੀ ਹੈ ਹੁਣ ਮੈਨੂੰ ਦੱਸੋ ਕਿ ਬੱਚਿਆਂ ਦਾ ਕੀ ਕਾਸਟ ਹੁੰਦੀ ਹੈ ਇੱਕ ਬੱਚੇ ਦੀ ਤੇ ਸਾਲਾਨਾ ਕੀ ਹੁੰਦੀ ਹੈ ਤੇ ਪੂਰੀ ਲਾਈਫਟਾਈਮ ਜੇ ਕਿਸੇ ਕੰਨੇ ਕਿੰਨੀ ਹੋਊਗੀ ਤੇ ਕੀ ਸਹਿਯੋਗ ਮਿਲ ਰਿਹਾ ਹੈ 38 ਟਾਈਮ ਅ ਪਹਿਲੇ ਤੇ ਮੈਂ ਗੁਰਲਾਲ ਵੀਰ ਜੀ ਇੱਕ ਗੱਲ ਕਹਿਣਾ ਚਾਹਾਂਗੀ ਤੁਹਾਨੂੰ ਤੁਸੀਂ ਹੁਣੇ ਮੇਨ ਮੁਖ ਸੇਵਾਦਾਰ ਕਿਹਾ ਅ ਜਿਹੜਾ ਸਾਡੇ ਸਭ ਤੋਂ ਮੁੱਖ ਸੇਵਾਦਾਰ ਸਾਡੇ ਬਾਬਾ ਜੀ ਬੈਠੇ ਨੇ ਇੰਡੀਆ ਜੀ ਜੀ ਬਾਬਾ ਕਬਾਲ ਸਿੰਘ ਜੀ ਹਾਂਜੀ ਤੇ ਉਸ ਤੋਂ ਬਾਅਦ ਜਿਹੜੇ ਬਾਬਾ ਕਬਾਲ ਸਿੰਘ ਜੀ ਦੇ ਪ੍ਰੇਮੀ ਬਾਬਾ ਜੀ ਦੇ ਪੁਰਾਣੇ-ਪੁਰਾਣੇ 40 ਸਾਲ ਪੁਰਾਣੇ ਸੇਵਾਦਾਰ ਜਿਵੇਂ ਸਾਡੇ ਸ਼ਿਕਾਗੋ ਦੇ ਵਿੱਚ ਗੁਰਚਰਨ ਸਿੰਘ ਚਾਸਾ ਬੈਠੇ ਨੇ ਸਾਡੇ ਨਾਲ ਜਸਪਾਲ ਵੀਰ ਜੀ 30-35 ਸਾਲ ਤੋਂ ਬਾਬਾ ਜੀ ਨਾਲ ਜੁੜੇ ਹੋਏ ਨੇ ਐਵੇਂ 올 ਅਮਰੀਕਾ ਦੇ ਵਿੱਚ ਨਿਊਯਾਰਕ ਵਿੱਚ ਗੁਰਚਰਨ ਸਿੰਘ ਬ੍ਰਿੰਗ ਜੀ ਨੇ ਕਲੀਵਲੈਂਡ ਡਾਕਟਰ ਸੁਬਿੰਦਰ ਪਾਲ ਸਿੰਘ ਰਾਣਾ ਜੀ ਨੇ ਸੋ ਹਰ ਸਟੇਟ ਸਿਟੀ ਦੇ ਵਿੱਚ ਸਾਡੇ ਮੇਨ ਮੁੱਖ ਸੇਵਾਦਾਰ ਉਹ ਵੱਡੇ ਬੰਦੇ ਨੇ ਜਿਹੜੇ ਬਾਬਾ ਜੀ ਦੀ ਨਾਲ ਰੂਹ ਨਾਲ ਜੁੜੇ ਹੋਏ ਨੇ ਜਿਹੜੇ ਸਾਨੂੰ ਸਤਕਾਰ ਮੈਂ ਸਾਰੇ ਸੇਵਾਦਾਰਾਂ ਤੋਂ ਉਮਰ ਵਿੱਚ ਵੀ ਬਹੁਤ ਛੋਟੀਆਂ ਆਉਦੇ ਵਿੱਚ ਵੀ ਬਹੁਤ ਛੋਟੀਆਂ ਤੇ ਮੈਂ ਤੇ ਬਸ ਸਾਰੀ ਸਾਥ ਸੰਗਤ ਦੀ ਚਰਨਾ ਦੀ ਤੂੜਾ ਤੇ ਤੂੜੀ ਬਣ ਕੇ ਰਾਂਗੀ ਮੇਨ ਸੇਵਾਦਾਰ ਜਿਹੜੇ ਦਾਨੀਸ ਆਪਾਂ ਨੂੰ ਸੇਵਾ ਦਿੰਦੇ ਨੇ ਆਪਾਂ ਤੇ ਮੰਗਤੇ ਆਂ ਬਾਤਾਂ ਲੈ ਕੇ ਚੱਲੇ ਜਾਈਦਾ ਰਾਈਟ ਵੀ ਜੀ ਤੇ ਸੋ ਬਟ ਉਹ ਨਾਲ ਖੜੇ ਹੁੰਦੇ ਨੇ ਸੰਗਤਾ ਆ ਕੇ ਮਾਇਆ ਦਿੰਦੀਆਂ ਨੇ ਸੇਵਾ ਜਾ ਕੇ ਕਰਨੀ ਮਨ ਲੱਗਦਾ ਸੌਖੀ ਏ ਮਾਇਆ ਆਪਣੇ ਤੋਂ ਤਿਆਗ ਕੇ ਦੇਣੀ ਵੈਰੀ ਡਿਫਿਕਲਟ ਹੋਰ ਜਿਹੜੇ ਦਿੰਦੇ ਨੇ ਮੈਂ ਕਹਾਂਗੀ ਉਹਨਾਂ ਤੇ ਅਕਾਲ ਪੁਰਖ ਦੀ ਬਹੁਤ 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 ਮਿਹਰੇ ਜੀ ਜੀ ਮੈਂ ਐਂਡ ਵਿੱਚ ਇਹ ਕਹਿਣਾ ਚਾਹਾਂਗੀ ਵੀਰ ਜੀ ਆਪਣਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਵੇ 500 ਡਾਲਰ ਇਅਰਲੀ ਇੱਕ ਬੱਚੇ ਨੂੰ ਆਪਾਂ ਸਪਾਂਸਰ ਕਰ ਸਕਦੇ ਆ ਇੱਕ ਮੈਂ ਬੜੀ ਖੁਸ਼ੀ ਨਾਲ ਵੀ ਦੱਸਾਂਗੀ ਦੁੱਖ ਵੀ ਏ ਜਿਹੜੇ ਆਪਣੇ ਸ਼ਹੀਦ ਹੋਏ ਸਿੰਘ ਜਿਹੜੇ ਮੋਰਚੇ ਦੇ ਵਿੱਚ ਉਹ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਪਰਿਵਾਰ 28 ਪਰਿਵਾਰਾਂ ਦੇ ਬੱਚੇ ਕਲਕੀਤਾ ਟਰਸਟ ਨੇ ਉਹ ਸੇਵਾ ਸੰਭਾਲ ਲਈ ਹੈਗੀ ਏ ਜੀ ਤੇ ਉਸ ਤੋਂ ਇਲਾਵਾ ਜਿਵੇਂ 7 categories ਦੇ ਅnder ਆਪਣੇ ਬੱਚੇ ਪਿੰਡਾਂ ਦੇ ਆਪਾਂ ਲੈ ਰਹੇ ਆ ਸੋ ਜਿੰਨੇ ਵੱਧ ਤੋਂ ਵੱਧ ਇੱਥੋਂ ਬੱਚੇ ਸਪான்ਸਰ ਹੋਣਗੇ ਅਸੀਂ ਉਹਨਾਂ ਵੱਧ ਤੋਂ ਵੱਧ ਹੁਣ ਮਾਰਚ 'ਚ ਸੈਕਸ਼ਨ ਸ਼ੁਰੂ ਹੋ ਰਿਹਾ ਜਿਹਦੇ ਵਿੱਚ ਟਰਸਟ ਹੋਰ ਬੱਚੇ ਲੇਗੀ ਜੀ ਜੀ ਤੇ ਕਿਉਂਕਿ ਹਰ ट्रस्ट ਦਾ ਇੱਕ ਬਜਟ ਹੁੰਦਾ ਸੋ ਜਿੰਨਾ ਸਹਿਯੋਗ ਅਸੀਂ ਸਾਰੇ ਰਲ ਕੇ ਮਾਇਆ ਦਾ ਕਰਾਂਗੇ ਉਹਨਾਂ ਸਹਿਯੋਗ ਉੱਥੋਂ ਨਾਲ ਨੂੰ ਹੁਲਾਰਾ ਮਿਲੇਗਾ ਤਾਂ ਕਿ ਟਰਸਟ ਹੋਰ ਬੱਚੇ ਲਵੇ ਤੇ 5000 ਡਾਲਰ ਇੱਕ ਸਾਲ ਦਾ ਇੱਕ ਬੱਚੇ ਦਾ ਖਰਚਾ ਹੋਵੇ ਕੋਈ ਵੀ ਡੋਨਰ ਸੇਵਾ ਕਰਨਾ ਚਾਹੇਗਾ ਤੇ 4000 ਡਾਲਰ ਲਾਈਫਟਾਈਮ ਫਰੋਮ ਕਿੰਡਰਗਾਰਡਨ ਟੂ 12th ਗ੍ਰੇਡ ਤੱਕ for 14 years study education sponsor ਕੀਤੀ ਜਾ ਸਕਦੀ ਹੈਗੀ I think ਭੈਣ ਜੀ ਇਹ ਕਹਿ ਰਹੇ ਕਿ 500 ਸਾਲਾਨਾ ਤੇ 4000 ਲਾਈਫਟਾਈਮ ਦਾ ਇੱਕ ਬੱਚੇ ਨੂੰ ਤੁਸੀਂ ਸਪான்ਸਰ ਕਰ ਸਕਦੇ ਹੋ ਭੈਣ ਜੀ ਪਹਿਲਾਂ ਤਾਂ ਤੁਸੀਂ ਵਿਦਾਇ ਦੇ ਪਾਤਰੋਂ ਦੂਜੀ ਆ ਤੁਹਾਡਾ ਬੜਪਣ ਹੈ ਕਿ ਮੈਂ ਚਰਨਾ ਦੀ ਧੂੜ ਆ ਕਹਿੰਦੇ ਹੁੰਦੇ ਨਾ ਮਿੱਠਤ ਨਹੀਂ ਨਾਨਕਾ ਗੁਣ ਚੰਗਿਆਈਆਂ ਤੱਕ ਤੁਸੀਂ ਬਹੁਤ ਸੋਹਣਾ ਐਲੈਬਰੇਟ ਕੀਤਾ ਹੁਣ ਮੈਨੂੰ ਇਹ ਦੱਸੋ ਕਿ ਫਾਈਨਲ ਆਪਣੇ ਹੋਰ ਪ੍ਰੋਗਰਾਮਸ ਵੀ ਇੱਥੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਹੋਣਗੇ ਤੁਸੀਂ ਹਰ ਜਗ੍ਹਾ ਪਹੁੰਚ ਰਹੇ ਹੋ ਸਾਡਾ ਨੈਕਸਟ ਪ੍ਰੋਗਰਾਮ ਜਿਹੜਾ ਹੁਣ ਅਪਕਮਿੰਗ ਪ੍ਰੋਗਰਾਮ ਮੈਂ ਮੰਡੇ ਨੂੰ ਸ਼ਾਮੀ ਬੇਦੀ ਮੈਂਸ਼ਨ ਇਨ ਲੌਂਗ ਆਇਲੈਂਡ ਸੋ ਐ ਪ੍ਰੋਗਰਾਮ ਆਪਣੇ ਪਰਮਜੀਤ ਸਿੰਘ ਬੇਦੀ ਜੀ ਹੈਗੇ ਨੇ ਉਹ ਹੋਸਟ ਕਰ ਰਹੇ ਹੈਗੇ ਨੇ ਉਹਦੇ ਵਿੱਚ ਵੀ ਲੌਂਗ ਆਇਲੈਂਡ ਦੀਆਂ ਸੰਗਤਾਂ ਨੂੰ ਜੇ ਕੋਈ ਰਿਚਮਨ ਹਿਲ ਤੋਂ ਕੁਇਨਸ ਤੋਂ ਵੀ ਆਣਾ ਚਾਹੁੰਦੇ ਨੇ ਨਿਊਯਾਰਕ ਦੇ ਉੱਥੇ ਉਸ ਪ੍ਰੋਗਰਾਮ ਦੇ ਵਿੱਚ ਆ ਸਕਦੇ ਨੇ ਦ ਸੇਮ ਥਿੰਗ ਕਿ ਗੱਲ ਹੋਏਗੀ ਪ੍ਰੋਗਰੈਸ ਕਿਸ ਤਰ੍ਹਾਂ ਪੰਜਾਬ ਦੀ ਹੋ ਸਕਦੀ ਏ ਅਸੀਂ ਆਪਣੇ ਸੁਝਾਅ ਦੇ ਸਕਦੇ ਹੈਗੇ ਆ ਕਨਸਰਨਸ ਗੱਲ ਕਰ ਸਕਦੇ ਆ ਤੇ ਉਹਦੇ ਵਿੱਚ ਵੀ ਡਿਨਰ ਤੇ 스낵 ਸਭ ਕੁਝ ਉੱਥੇ ਸੇਵਾ ਲੰਗਰ ਪਾਣੀ ਬੇਦੀ ਸਾਹਿਬ ਸਾਰੇ ਹੋਸਟ ਕਰ ਰਹੇ ਨੇ ਉਸ ਤੋਂ ਬਾਅਦ ਆਪਣਾ ਉਸ ਤੋਂ ਨੈਕਸਟ ਟੂ ਫਟੀ ਉਸੇ ਜਿਹੜਾ ਆ ਰਿਹਾ 21 ਨੂੰ ਉਹ ਨਿਊ ਜਰਸੀ ਦੇ ਵਿੱਚ ਇੱਕ ਪ੍ਰੋਗਰਾਮ ਜਿਹੜੇ ਓੰਕਾਰ ਸਿੰਘ ਜੀ ਹੈਗੇ ਨੇ ਸਾਰੇ ਉਹਨਾਂ ਨੂੰ ਜਾਣਦੇ ਨੇ ਤੇ ਆ ਉਹ ਹੋਸਟ ਕਰ ਰਹੇ ਹੈਗੇ ਨੇ ਉਸ ਤੋਂ ਬਾਅਦ ਗੁਰਲਾਲ ਵੀਰ ਜੀ ਐਸ ਯੂ ਨੋ ਕਿ ਆਪਣੇ ਦੋ ਪ੍ਰੋਗਰਾਮ ਹਿਊਸਟਨ ਦੇ ਵਿੱਚ ਹੋ ਰਹੇ ਨੇ ਇੱਕ 28th ਦਸੰਬਰ ਨੂੰ ਹੋ ਰਿਹਾ ਨਾਨਕ ਸਰਕਲ ਕਲੋਨੀ ਦੇ ਅੰਦਰ ਜਿਹਨੂੰ ਹੋਸਟ ਕਰ ਰਹੇ ਨੇ ਰਾਜ ਸਿੰਘ ਗਿਲ ਅੰਕਲ ਜੀ ਓਪਨ ਇਨਵੀਟੇਸ਼ਨ ਹੈ ਫॉर ਹਿਊਸਟਨ ਦੀ ਅਸੰਗਤਤਾ ਵਾਸਤੇ ਤੇ ਉਸ ਤੋਂ ਬਾਅਦ ਫੋਲੋਇੰਗ ਨੈਕਸਟ ਡੇ ਜਿਹੜਾ ਇੱਕ ਪ੍ਰੋਗਰਾਮ ਹੋਤੇ ਹੋਰ ਹੈਗਾ ਵੇ ਸੋ ਸੋ ਐਸ ਸਾਰੇ ਸਾਡੇ ਪ੍ਰੋਗਰਾਮ ਜਿਹੜੇ ਨੇ ਇਸ ਤਰ੍ਹਾਂ ਚੱਲਣਗੇ ਅਸੀਂ ਆਪਦੇ ਆਪ ਨੂੰ ਬਹੁਤ ਸੁਭਾਗੇਸ਼ਾਲੀ ਸਮਝਦੇ ਹਾਂ ਕਿ ਹਰ ਜੀਆਂ ਸਖਸ਼ੀਆਂ ਤੇ ਰੂਪ ਸਖਸ਼ੀਤਾਂ ਦੇ ਰੂਬਰੂ ਹੋਣ ਦਾ ਮੌਕਾ ਸਾਨੂੰ ਮਿਲਿਆ ਤੁਸੀਂ ਦਰਸ਼ਕੋ ਇਸ ਪ੍ਰੋਗਰਾਮ ਨੂੰ ਕਿੱਦਾਂ ਲੱਗਿਆ ਸੁਝਾਅ ਜ਼ਰੂਰ ਜ਼ਰੂਰ ਦੇਣਾ ਤਾਂ ਆਪ ਦਾ ਦਸਵੰਦ ਜ਼ਰੂਰ ਕੱਢਣਾ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ ਸਾਡੇ ਸਾਰੇ ਪੈਨਲਿਸਟਾਂ ਦਾ ਧੰਨਵਾਦ ਰਵੀਦੀਪ ਗੁਰ ਮੁਕਤਾ ਦਾ ਭਾਈ ਸਾਹਿਬ ਜਸਪਾਲ ਸਿੰਘ ਸਿੱਧੂ ਦਾ ਵੀ ਬਹੁਤ-ਬਹੁਤ ਧੰਨਵਾਦ ਦਰਸ਼ਕੋ ਇਦਾਂ ਹੀ ਦੇਖਦੇ ਰਹੋ ਜਸ ਪੰਜਾਬੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਸ਼ੀ ਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ